ਬਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਪਹੁੰਚੇ ਆ ਟਿਕਰੀ ਬਾਰਡਰ ਇੱਥੇ ਤੁਸੀਂ ਜ਼ਰੂਰ ਕਿਸੇ ਨਾ ਕਿਸੇ ਰਿਪੋਰਟ ਵਿੱਚ ਨਾਂ ਸੁਣਿਆ ਹੋਏਗਾ ਟ੍ਰੋਲੀ ਟਾਈਮਸ ਦਾ ਸੰਸਥਾ ਦੇ ਨਾਲ ਆਰਗੇਨਾਈਜ਼ਰਸ ਦੇ ਨਾਲ ਗੱਲ ਹੋ ਰਹੀ ਹੈ ਕਿਸ ਤਰ੍ਹਾਂ ਦੇ ਪ੍ਰੋਗਰਾਮਸ ਟ੍ਰੋਲੀ ਟਾਈਮਸ ਵੱਲੋਂ ਆਫਰ ਕੀਤੇ ਜਾਂਦੇ ਇੱਥੇ ਮੋਰਚੇ ਵਿੱਚ ਪਹੁੰਚੇ ਹੋਏ ਸਾਰੇ ਪਾਰਟਿਸਿਪੈਂਟਸ ਦੇ ਲਈ ਉਹਦੀ ਵੀ ਗੱਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਟ ਸਭ ਤੋਂ ਪਹਿਲੇ ਸਾਡੇ ਅੱਜ ਗੈਸਟ ਇੱਕ ਆਰਗੇਨਾਈਜ਼ਰ ਜਿਨ੍ਹਾਂ ਨੇ ਆਪਣੀ ਤੁਸੀਂ ਕਹਿ ਲਓ ਜ਼ਿੰਦਗੀ ਦੀ ਸ਼ੁਰੂਆਤ ਤੋਂ ਇੱਕ ਪੋਲੀਟੀਕਲ ਐਕਟਿਵਿਸਟ ਦੀ ਤੌਰ ਤੇ ਤਰ੍ਹਾਂ ਜ਼ਿੰਦਗੀ ਗੁਜ਼ਾਰੀ ਤੇ ਹਲੇ ਵੀ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਪੋਲੀਟੀਕਲ ਐਕਟਿਵਿਜ਼ਮ ਮਤਲਬ ਉਹਨਾਂ ਦੇ ਖੂਨ ਦੇ ਵਿੱਚ ਦੌੜਦੀ ਹੈ ਸੋ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਡਾਕਟਰ ਨਵਕਿਰਨ ਕੌਰ ਸਭ ਤੋਂ ਪਹਿਲੇ ਡਾਕਟਰ ਨਵਕਿਰਨ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਨਵਕਿਰਨ ਤੁਸੀਂ ਤੁਹਾਡਾ ਪੂਰਾ ਪਰਿਵਾਰ ਤੁਹਾਡੇ ਪੇਰੈਂਟਸ ਤੁਹਾਡਾ ਬ੍ਰਦਰ ਸਾਰੇ ਹੀ ਇਸ ਮੋਰਚੇ 'ਚ ਪਹੁੰਚੇ ਹੋਏ ਹੈ ਟ੍ਰੋਲੀ ਟਾਈਮਸ ਦਾ ਨਾਮ ਹੁਣ ਇੰਟਰਨੈਸ਼ਨਲ ਹੋ ਗਿਆ ਯੂ ਨੋ ਤੁਹਾਡੀ ਜੋ ਪਬਲੀਕੇਸ਼ਨ ਸ਼ੁਰੂ ਹੋਈ ਸੀ ਸਭ ਤੋਂ ਪਹਿਲੇ ਮੈਂ ਉਹਦੇ ਬਾਰੇ ਪੁੱਛਣਾ ਚਾਹਾਂਗੀ ਕੀ ਟ੍ਰੋਲੀ ਟਾਈਮਸ ਹੈ ਕਿਸ ਤਰ੍ਹਾਂ ਇਹ ਚੀਜ਼ ਸ਼ੁਰੂ ਹੋਈ ਬੇਸਿਕਲੀ ਇਹ ਨਿਊਜ਼ਲੈਟਰ ਹੈ ਜਿਹੜਾ ਪ੍ਰੋਟੈਸਟ ਦੇ ਵਿੱਚੋਂ ਹੀ ਨਿਕਲਿਆ ਅਤੇ ਰੈਜ਼ਿਸਟੈਂਸ ਦੇ ਵਿੱਚੋਂ ਨਿਕਲਿਆ ਬੇਸਿਕਲੀ ਇਨੀਸ਼ੀਅਲ ਆਈਡੀਆ ਤਿੰਨ ਜਣਿਆਂ ਦਾ ਸੀ ਡਾਕਟਰ ਅਜੇਪਾਲ ਸੁਰਮੀਤ ਮਾਵੀ ਜੋ ਕਿ ਇੱਕ ਫਿਲਮ ਰਾਈਟਰ ਨੇ ਅਤੇ ਗੁਰਦੀਪ ਧਾਲੀਵਾਲ ਉਹ ਸਾਡੀ ਟੀਮ ਦੇ ਆਈ ਥਿੰਕ ਹੀ ਇਜ਼ ਦ ਯੰਗੈਸਟ ਮੈਂਬਰ ਹੀ ਇਜ਼ ਅ ਫੋਟੋ ਆਰਟਿਸਟ ਅਤੇ ਇਹਨਾਂ ਤਿੰਨ ਜਣਿਆਂ ਦਾ ਇਨੀਸ਼ੀਅਲ ਆਈਡੀਆ ਸੀ ਕਿ ਆਪਾਂ ਕੋਈ ਮਤਲਬ ਮੈਗਜ਼ੀਨ ਜਾਂ ਕੁਛ ਇੱਦਾਂ ਦਾ ਸ਼ੁਰੂ ਕਰੀਏ ਅਤੇ ਉਹਦੇ 'ਚੋਂ ਹੀ ਜਿਹੜਾ ਨਾਮ ਵੀ ਉਪਜਿਆ ਕਿਉਂਕਿ ਟਰੈਕਟਰ ਟਰੋਲੀ ਜਿਹੜਾ ਉਹ ਇਸ ਪੂਰੇ ਪ੍ਰੋਟੈਸਟ ਦਾ ਇੱਕ ਸਿੰਬਲ ਬਣ ਕੇ ਉੱਭਰਿਆ ਅਤੇ ਉਹਦੇ 'ਚ ਅਸੀਂ ਇਹ ਵੀ ਗੱਲ ਸਮਝਦੇ ਹਾਂ ਕਿ ਜੇ ਟਰੈਕਟਰ ਟਰੋਲੀ ਨਾਲ ਲੈ ਕੇ ਇਹ ਮਾਰਚ ਨਾ ਚੱਲਿਆ ਹੁੰਦਾ ਤਾਂ ਸ਼ਾਇਦ ਇਹ ਮਾਰਚ ਅੱਜ ਇੱਥੇ ਦਿੱਲੀ ਦੀਆਂ ਦਰਾਂ 'ਤੇ ਪਹੁੰਚਿਆ ਵੀ ਨਾ ਹੁੰਦਾ ਜਿਸ ਤਰੀਕੇ ਦੇ ਰਸਤੇ 'ਚ ਕਹਿ ਲਓ ਰੁਕਾਵਟਾਂ ਲਾਈਆਂ ਗਈਆਂ ਉਹ ਟਰੈਕਟਰ ਟਰੋਲੀਆਂ ਤੋਂ ਬਿਨਾਂ ਉਹਨਾਂ ਨੂੰ ਲੰਘਣਾ ਉਹਨਾਂ ਨੂੰ ਕ੍ਰੋਸ ਕਰਨਾ ਪੋਸੀਬਲ ਨਹੀਂ ਸੀਗਾ ਇਸ ਕਰਕੇ ਟਰੋਲੀ ਇੱਕ ਸਿੰਬਲ ਦੇ ਤੌਰ 'ਤੇ ਪ੍ਰੋਟੈਸਟ 'ਚ ਸਾਹਮਣੇ ਆਈ ਹੈ ਅਤੇ ਉੱਥੋਂ ਹੀ ਇਹਦਾ ਨਾਮ ਵੀ ਨਿਕਲਿਆ ਟਰੋਲੀ ਟਾਈਮਸ ਕਿਉਂਕਿ ਟਰੋਲੀ ਦੇ ਵਿਚਲੀਆਂ ਖਬਰਾਂ ਨੇ ਜਿਹੜੀਆਂ ਉਹ ਅਸੀਂ ਲੋਕਾਂ ਤੱਕ ਪਹੁੰਚਾਉਣੀਆਂ ਸੀ ਇੱਕ ਇੱਕ ਟਰੋਲੀ ਇੱਕ ਇੰਡੀਵਿਜੁਅਲ ਹਾਊਸ ਯੂਨਿਟ ਦੇ ਤੌਰ 'ਤੇ ਵੀ ਕੰਮ ਕਰ ਰਹੀ ਹੈ ਅਤੇ ਜਦੋਂ ਇਹਦਾ ਆਈਡੀਆ ਡਿਵੈਲਪ ਹੋਇਆ ਜਦੋਂ ਤਿੰਨ ਜਣਿਆਂ ਨੇ ਬਾਕੀ ਫਰੈਂਡ ਸਰਕਲ ਦੇ ਵਿੱਚ ਗੱਲ ਕੀਤੀ ਤਾਂ ਉਹਦੇ 'ਚ ਅਸੀਂ ਦੋ ਤਿੰਨ ਚੀਜ਼ਾਂ ਨੋਟ ਕਰ ਰਹੇ ਸੀਗੇ ਪਹਿਲਾ ਆਈਡੀਆ ਤਾਂ ਇਹ ਸੀ ਕਿ ਜਦੋਂ ਕਿਉਂਕਿ ਅਸੀਂ ਜਿਹੜੀ ਇਨੀਸ਼ੀਅਲ ਟੀਮ ਹੈ ਉਹਦੇ 'ਚ ਜਿੰਨੇ ਵੀ ਜਾਣੇ ਹੈਗੇ ਅਸੀਂ ਸਾਰੇ ਪਹਿਲੇ ਦਿਨੋਂ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੈ ਅਸੀਂ ਇੱਕ ਚੀਜ਼ ਮਹਿਸੂਸ ਕਰ ਰਹੇ ਸੀ ਕਿ ਸਟੇਜ 'ਤੇ ਕੀ ਹੋ ਰਿਹਾ ਉਹ ਪਿੱਛੇ ਤੱਕ ਜਾ ਨਹੀਂ ਸੀ ਰਿਹਾ ਕਿਉਂਕਿ ਅੰਦੋਲਨ ਇੰਨਾ ਫੈਲਿਆ ਹੋਇਆ ਦੂਜੀ ਗੱਲ ਇਹ ਵੀ ਸੀ ਕਿ ਅਲੱਗ ਅਲੱਗ ਪ੍ਰੋਟੈਸਟ ਸਾਈਟਸ ਦੇ ਉੱਤੇ ਕੀ ਹੋ ਰਿਹਾ ਉਹ ਵੀ ਕਿਤੇ ਕਨੈਕਟੀਵਿਟੀ ਲੈਕ ਕਰਦੀ ਸੀ ਕਿਉਂਕਿ ਸ਼ੁਰੂ ਦੇ ਵਿੱਚ ਨੈਟਵਰਕ ਇਸ਼ੂਜ਼ ਬਹੁਤ ਜ਼ਿਆਦਾ ਸੀ ਜੋ ਹਲੇ ਵੀ ਐਗਜ਼ਿਸਟ ਕਰਦੇ ਨੇ ਉਹਦੇ ਕਰਕੇ ਕਮਿਊਨੀਕੇਸ਼ਨ ਗੈਪ ਬਹੁਤ ਜ਼ਿਆਦਾ ਸੀ ਅਤੇ ਤੀਜੇ ਇਹਦਾ ਕਾਰਨ ਇਹ ਸੀ ਕਿ ਸ਼ੁਰੂ ਦੇ ਦਿਨਾਂ 'ਚ ਜਿਸ ਤਰੀਕੇ ਦਾ ਨਰੇਟਿਵ ਪੂਰੇ ਅੰਦੋਲਨ ਨੂੰ ਲੈ ਕੇ ਸਾਡਾ ਸਟੇਟ ਸਪੋਂਸਰਡ ਮੀਡੀਆ ਜਾਂ ਕਹਿ ਲਈਏ ਕਾਰਪੋਰੇਟ ਮੀਡੀਆ ਜਿਹੜਾ ਪਾਪੂਲਰਲੀ ਗੋਦੀ ਮੀਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਉਹ ਜਿਸ ਤਰੀਕੇ ਦਾ ਨਰੇਟਿਵ ਲੈ ਕੇ ਸਾਹਮਣੇ ਆ ਰਿਹਾ ਸੀ ਪੂਰੇ ਅੰਦੋਲਨ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸਾਨੂੰ ਲੱਗਿਆ ਕਿ ਉਹਦੇ ਉਹਨੂੰ ਵੀ ਕਾਊਂਟਰ ਕਰਨਾ ਜ਼ਰੂਰੀ ਹੈ ਉਹਨੂੰ ਕਾਊਂਟਰ ਕਰਕੇ ਜਿਹੜੀ ਲੋਕਾਂ ਦੀ ਆਵਾਜ਼ ਹੈ ਜਿਹੜੀ ਟਰੋਲੀਆਂ ਦੀ ਆਵਾਜ਼ ਹੈ ਲੋਕਾਂ ਦੀਆਂ ਟਰੋਲੀਆਂ ਦੇ ਵਿੱਚ ਜਿਹੜੀਆਂ ਲੁਕੀਆਂ ਹੋਈਆਂ ਕਹਾਣੀਆਂ ਉਹ ਬਾਹਰ ਲੋਕਾਂ ਤੱਕ ਜਾਣੀਆਂ ਚਾਹੀਦੀਆਂ ਅਤੇ ਇਹੀ ਰੀਜ਼ਨ ਸੀ ਜਿਨ੍ਹਾਂ ਦੇ ਚੱਲਦੇ ਸਾਨੂੰ ਲੱਗਿਆ ਕਿ ਇਸ ਨਿਊਜ਼ਲੈਟਰ ਨੂੰ ਕੱਢਣਾ ਜ਼ਰੂਰੀ ਹੈ ਅਤੇ ਟਰੋਲੀ ਟਾਈਮਸ ਹੁਣ ਤੁਹਾਨੂੰ ਰਿਕੁਐਸਟ ਆ ਰਹੀ ਹੈ ਅਬਰੋਡ ਤੋਂ ਆਈ ਮੀਨ ਵੱਖ ਵੱਖ ਕੰਟਰੀਜ਼ ਤੋਂ ਇਹ ਆ ਰਹੀ ਹੈ ਇਹਦੀ ਇਸ ਨਿਊਜ਼ਲੈਟਰ ਦੀ ਟ੍ਰਾਂਸਲੇਸ਼ਨ ਵੀ ਹੋ ਚੁੱਕੀ ਹੈ ਸੋ ਥੋੜ੍ਹਾ ਸਾਨੂੰ ਦੱਸੋ ਕਿ ਭਾਵੇਂ ਇਹ ਇੱਕ ਛੋਟੇ ਲੈਵਲ 'ਤੇ ਸ਼ੁਰੂ ਜ਼ਰੂਰ ਹੋਈ ਸੀ ਚੀਜ਼ ਇੰਨੇ ਵੱਡੇ ਅੰਦੋਲਨ ਦੇ ਵਿੱਚ ਇੱਕ ਛੋਟੀ ਜਿਹੀ ਚੀਜ਼ ਹੁਣ ਆਪਣੇ ਆਪ ਵਿੱਚੋਂ ਇੱਕ ਐਂਟੀਟੀ ਬਣ ਚੁੱਕੀ ਹੈ ਇੱਕ ਬ੍ਰੈਂਡ ਨੇਮ ਬਣ ਚੁੱਕਿਆ ਸੋ ਸਾਨੂੰ ਥੋੜ੍ਹਾ ਦੱਸੋ ਕਿ ਕਿਸ ਤਰ੍ਹਾਂ ਇਹ ਚੀਜ਼ ਬਾਹਰ ਵਾਲੇ ਮੁਲਕਾਂ 'ਚ ਪਹੁੰਚੀ ਐਂਡ ਟ੍ਰਾਂਸਲੇਸ਼ਨ ਦਾ ਕਿਸ ਤਰ੍ਹਾਂ ਸ਼ੁਰੂਆਤ ਹੋਈ ਸੋ ਪਹਿਲੀ ਗੱਲ ਉਹੀ ਵੀ ਕਿਉਂ ਇਹਨੂੰ ਇੰਨੀ ਪੋਪੂਲੈਰਿਟੀ ਮਿਲੀ ਹੈ ਨਾ ਕਿਉਂ ਆਪਣੇ ਆਪ 'ਚ ਇੱਕ ਇੰਨੀ ਇੰਪੋਰਟੈਂਟ ਚੀਜ਼ ਹੋ ਗਈ ਉਹਦੇ 'ਚ ਜਿਹੜੀ ਗੱਲ ਮੈਂ ਪਹਿਲਾਂ ਵੀ ਕਹੀ ਸੀ ਵੀ ਇਹ ਰੈਜ਼ਿਸਟੈਂਸ 'ਚੋਂ ਨਿਕਲਿਆ ਹੋਇਆ ਇੱਕ ਚੀਜ਼ ਹੈ ਆਪਣੇ ਆਪ 'ਚ ਨਾ ਅਸੀਂ ਬਹੁਤ ਸਾਰੇ ਸਾਲਾਂ ਤੋਂ ਲਗਾਤਾਰ ਜਦੋਂ ਤੋਂ ਖਾਸ ਕਰਕੇ ਬੀਜੇਪੀ ਸੈਂਟਰ ਦੇ ਵਿੱਚ ਆਇਆ ਅਸੀਂ ਇੱਕ ਚੀਜ਼ ਰਿਅਲਾਈਜ਼ ਕਰ ਰਹੇ ਸੀ ਕਿ ਕਿਸ ਤਰੀਕੇ ਹਰ ਜਦੋਂ ਵੀ ਕੋਈ ਲੋਕਾਂ 'ਚੋਂ ਪ੍ਰੋਟੈਸਟ ਉੱਠਦਾ ਹੈ ਸਰਕਾਰ ਦੇ ਖਿਲਾਫ ਤਾਂ ਮੀਡੀਆ ਦਾ ਇੱਕ ਹਿੱਸਾ ਕਿੱਦਾਂ ਉਹਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰਦਾ ਉਹ ਬੇਸ਼ੱਕ ਜੇ ਐਨ ਯੂ ਵਾਲਾ ਇੰਸੀਡੈਂਟ ਹੋਵੇ 9 ਫਰਵਰੀ 2016 ਨੂੰ ਜਦੋਂ
ਸਟੂਡੈਂਟਾਂ ਨੂੰ ਐਂਟੀ ਨੈਸ਼ਨਲ ਘੋਸ਼ਿਤ ਕਰ ਦਿੱਤਾ ਗਿਆ, ਉਹਨਾਂ ਨੂੰ ਟੁਕੜੇ ਟੁਕੜੇ ਗੈਂਗ ਕਹਿ ਦਿੱਤਾ ਗਿਆ। ਉਹਦੇ 'ਚ ਜੀ ਨਿਊਜ਼ ਨੇ ਇੱਕ ਬਹੁਤ ਹੀ ਨੈਗੇਟਿਵ ਰੋਲ ਅਤੇ ਇੰਪੋਰਟੈਂਟ ਰੋਲ ਅਦਾ ਕੀਤਾ। ਜਿਹੜੀਆਂ ਉਹਨਾਂ ਨੇ ਵੀਡੀਓਜ਼ ਚਲਾਈਆਂ ਉਹ ਬਾਅਦ 'ਚੋਂ ਜਾ ਕੇ ਸਾਨੂੰ ਪਤਾ ਲੱਗਿਆ ਕਿ ਉਹ ਡਾਕਟਰਡ ਵੀਡੀਓ ਸੀਗੀਆਂ। ਇਸ ਤਰੀਕੇ ਨਾਲ ਅਸੀਂ ਬਹੁਤ ਸਾਲਾਂ ਤੋਂ ਇੱਕ ਕਹਿ ਲਓ ਖਲਾਅ, ਜਿਹਨੂੰ ਇੱਕ ਗੈਪ ਕਹਿੰਦੇ, ਉਹ ਮਹਿਸੂਸ ਕਰ ਰਹੇ ਸੀ, ਕਿਉਂਕਿ ਇੱਕ ਪਾਸੇ ਤਾਂ ਸਾਡੇ ਮੀਡੀਆ ਨੇ ਡੈਮੋਕ੍ਰੇਸੀ ਦਾ ਫੋਰਥ ਪਿੱਲਰ ਦੇ ਤੌਰ 'ਤੇ ਕੰਮ ਕਰਨਾ ਹੁੰਦਾ ਅਤੇ ਦੂਜੇ ਪਾਸੇ ਅਸਲੀਅਤ ਸਾਡੇ ਦੇਸ਼ 'ਚ ਕੁਛ ਹੋਰ ਸੀਗੀ। ਇਸ ਕਰਕੇ ਲੋੜ ਬਹੁਤ ਸਾਲਾਂ ਤੋਂ ਲੋਕਾਂ ਨੂੰ ਮਹਿਸੂਸ ਹੋ ਰਹੀ ਸੀ ਕਿ ਲੋਕਾਂ ਦੀ ਗੱਲ ਲੋਕਾਂ ਤੱਕ ਕਿਵੇਂ ਜਾਵੇ, ਅਤੇ ਇਸੇ ਕਰਕੇ ਸ਼ਾਇਦ ਇਹਨੂੰ ਲੋਕਾਂ ਨੇ ਇੰਨਾ ਵਧੀਆ ਤਰੀਕੇ ਨਾਲ ਰਿਸੀਵ ਵੀ ਕੀਤਾ ਜਦੋਂ ਇਹ ਆਈਡੀਆ ਕਹਿ ਲਓ ਇੰਪਲੀਮੈਂਟ ਅਸੀਂ ਕੀਤਾ। ਅਤੇ ਉਹ ਸਿਰਫ ਫਿਰ ਇੰਡੀਆ 'ਚ ਹੀ ਨਹੀਂ, ਕਿਉਂਕਿ ਇਸ ਮੂਵਮੈਂਟ ਦਾ ਆਪਣੇ ਆਪ 'ਚ ਕਹਿ ਲਓ ਇੱਕ ਗਲੋਬਲ ਇੰਪੈਕਟ ਹੈਗਾ, ਇੱਕ ਗਲੋਬਲ ਅਪਰੋਚ ਹੈਗੀ ਹੈ। ਅਤੇ ਉਸੇ ਕਰਕੇ ਉਸ ਪ੍ਰੋਟੈਸਟ ਦੇ ਦੌਰਾਨ ਜਿਹੜਾ ਇੱਕ ਨਿਊਜ਼ ਲੈਟਰ ਨਿਕਲਿਆ ਉਹਦੀ ਵੀ ਓਨੀ ਹੀ ਗਲੋਬਲ ਆਡੀਅੰਸ ਬਣ ਗਈ। ਅਤੇ ਤੁਸੀਂ ਸਹੀ ਕਹਿ ਰਹੇ ਹੋ, ਸਾਨੂੰ ਬਹੁਤ ਸਾਰੇ ਦੇਸ਼ਾਂ 'ਚੋਂ ਇਹ ਕਾਲਸ ਆਈਆਂ ਕਿ ਕੀ ਅਸੀਂ ਇੱਥੇ ਤੁਸੀਂ ਸਾਨੂੰ ਪਹੁੰਚਾ ਸਕਦੇ ਹੋ। ਅਸੀਂ ਕਿਹਾ ਯਾਰ ਇੰਨੀ ਕਪੈਸਿਟੀ ਤਾਂ ਹੈ ਨਹੀਂ ਗੀ, ਯੰਗ ਸਟੂਡੈਂਟਸ ਹੈਗੇ ਆ, ਇੰਡੀਵਿਜੁਅਲਸ ਹੈਗੇ ਆ, ਇੱਥੇ ਬਸ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਲਿਆ ਸੀਗਾ, ਅਤੇ ਇੰਨਾ ਤਾਂ ਨਹੀਂ ਹਲੇ ਸਾਡੀ ਕਪੈਸਿਟੀ ਹੈਗੀ। ਫਿਰ ਲੋਕਾਂ ਨੇ ਆਪੇ ਹੀ ਸਾਡੇ ਤੋਂ ਪਰਮਿਸ਼ਨ ਮੰਗੀ ਕਿ ਅਸੀਂ ਇੱਥੇ ਛਪਵਾ ਕੇ ਵੰਡ ਸਕਦੇ ਹਾਂ, ਅਤੇ ਲੋਕਾਂ ਨੇ ਵੰਡਿਆ। ਉਹਦੇ 'ਚ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਦੇਖੋ ਸਾਡੇ ਕੋਈ ਪੇਟੈਂਟ ਨਹੀਂ ਹੈ, ਇੰਨਾ ਹੀ ਆ ਕਿ ਇਹ ਅੰਦੋਲਨ ਦੇ ਹਿੱਤ 'ਚ ਹੈ, ਬਸ ਉਹਦੇ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ ਕੰਟੈਂਟ ਨਾਲ, ਅਤੇ ਉਹਨੂੰ ਅੰਦੋਲਨ ਦੇ ਹਿੱਤ 'ਚ ਤੁਸੀਂ ਜਿੰਨਾ ਮਰਜ਼ੀ ਵੰਡੋ ਵਧੀਆ ਹੀ ਹੋਏਗਾ। ਅਤੇ ਉਹ ਅਲੱਗ ਅਲੱਗ ਦੇਸ਼ਾਂ 'ਚ ਛਪਾ ਕੇ ਵੰਡਿਆ ਵੀ ਗਿਆ, ਅਤੇ ਉਹਦੀਆਂ ਅਲੱਗ ਅਲੱਗ ਭਾਸ਼ਾਵਾਂ 'ਚ ਟ੍ਰਾਂਸਲੇਸ਼ਨ ਲੋਕਾਂ ਨੇ ਆਪ ਸਾਨੂੰ ਮਤਲਬ ਅਪਰੋਚ ਕੀਤਾ ਅਤੇ ਵਲੰਟੀਅਰ ਕੀਤਾ ਕਿ ਅਸੀਂ ਇਹਦੀ ਟ੍ਰਾਂਸਲੇਸ਼ਨ ਕਰਾਂਗੇ, ਜਿਹਦੇ ਕਰਕੇ ਹੁਣ ਉਹਦਾ ਈ ਵਰਜ਼ਨ ਜਿਹੜਾ ਉਹ ਇੰਗਲਿਸ਼ 'ਚ ਵੀ ਆਉਂਦਾ। ਅੱਜ ਹੀ ਦਿਨੇ ਮੇਰੀ ਕਿਸੇ ਨਾਲ ਗੱਲ ਹੋਈ ਸੀ, ਉਹ ਕਹਿੰਦੇ ਅਸੀਂ ਇਹਨੂੰ ਬੰਗਲਾ 'ਚ ਟ੍ਰਾਂਸਲੇਟ ਕਰਨਾ ਚਾਹੁੰਦੇ ਹਾਂ, ਉਹਨਾਂ ਕੋਲ ਪੂਰੀ ਟੀਮ ਹੈ, ਅਤੇ ਉਹਦੇ ਲਈ ਵੀ ਅਸੀਂ ਉਹਨਾਂ ਨਾਲ ਸ਼ੇਅਰ ਕੀਤੀਆਂ ਨੇ PDF ਫਾਈਲਸ ਜਿਹੜੀਆਂ ਇੰਗਲਿਸ਼ ਦੀਆਂ ਨੇ। ਅਤੇ ਉਸ ਤੋਂ ਇਲਾਵਾ ਕਰਨਾਟਕਾ ਤੋਂ ਮੈਨੂੰ ਇੱਕ ਕਾਲ ਆਈ ਸੀ ਕਿ ਅਸੀਂ ਇਹਨੂੰ ਕੰਨੜ 'ਚ ਟ੍ਰਾਂਸਲੇਟ ਕਰਨਾ ਚਾਹੁੰਦੇ ਹਾਂ, ਅਸੀਂ ਕਿਹਾ ਜ਼ਰੂਰ ਕਰੋ। ਤਾਂ ਉਹ ਰੀਜਨਲ ਲੈਂਗੁਏਜਸ ਦੇ ਵਿੱਚ ਵੀ, ਇੰਡੀਆ ਦੀ ਰੀਜਨਲ ਲੈਂਗੁਏਜਸ ਦੇ ਵਿੱਚ ਵੀ, ਅਤੇ ਕਹਿ ਲਓ ਮਤਲਬ ਗਲੋਬਲੀ ਜੇ ਅਸੀਂ ਦੇਖੀਏ ਵੱਖੋ ਵੱਖਰੇ ਦੇਸ਼ਾਂ 'ਚ ਵੀ ਉਹਦੀ ਡਿਸਟ੍ਰੀਬਿਊਸ਼ਨ ਲੋਕਾਂ ਵੱਲੋਂ ਵਲੰਟਰਲੀ ਤੌਰ 'ਤੇ ਹੀ ਚੱਲ ਰਹੀ ਹੈ। ਡਾਕਟਰ ਨਵਕਿਰਨ, ਤੁਸੀਂ ਸਾਨੂੰ ਦੱਸਿਆ ਓਵਰਆਲ ਤੁਹਾਡਾ ਮਤਲਬ ਮਿਸ਼ਨ ਕੀ ਸੀਗਾ ਜਦੋਂ ਇਸ ਚੀਜ਼ ਨੂੰ ਡਿਵੈਲਪ ਕੀਤਾ ਗਿਆ ਔਰਗਨਾਈਜ਼ਰਸ ਦਾ, ਇੱਕ ਇਹ ਤੁਸੀਂ ਕਹਿ ਲਓ ਇੰਟਲੈਕਚੁਅਲ ਡਰਿਵਨ, ਸਟੂਡੈਂਟ ਡਰਿਵਨ ਇਨੀਸ਼ੀਟਿਵ ਸੀਗਾ, ਬਟ ਅਗਰ ਤੁਸੀਂ ਸਾਨੂੰ ਇੱਕ ਝਲਕ ਦੇ ਸਕਦੇ ਹੋ ਕਿਸ ਤਰ੍ਹਾਂ ਦੀ ਸਟੋਰੀਜ਼, ਕਿਸ ਤਰ੍ਹਾਂ ਦੀ ਕਹਾਣੀਆਂ ਇਸ ਨਿਊਜ਼ ਲੈਟਰ ਵਿੱਚ ਸਾਨੂੰ ਪਹਿਲੇ ਦੇਖਣ ਨੂੰ ਮਿਲਦੀਆਂ ਸੀ, ਅਤੇ ਹੁਣ ਜਦੋਂ ਆਲਮੋਸਟ 2 ਮਹੀਨੇ ਹੋਣ ਨੂੰ ਆਏ ਆ ਇਸ ਅੰਦੋਲਨ ਨੂੰ ਲੈ ਕੇ, ਕਿਸ ਤਰ੍ਹਾਂ ਦੀ ਐਵੋਲੂਸ਼ਨ ਉਨ ਕਹਾਣੀਆਂ ਵਿੱਚ ਆਈ ਹੋਈ ਹੈ? ਦੇਖੋ, ਮੈਂ ਜਿਹੜੀਆਂ ਕਹਾਣੀਆਂ ਮੈਂ ਖੁਦ ਲਿਖੀਆਂ ਨੇ, ਕਿਉਂਕਿ ਮੈਂ ਉਹ ਫੀਲ ਕੀਤੀਆਂ ਨੇ ਅਤੇ ਉਸੇ ਕਹਿ ਲਓ ਫੀਲਿੰਗ 'ਚੋਂ ਨਿਕਲੀਆਂ ਵੀ ਨੇ, ਉਹਨਾਂ ਬਾਰੇ ਮੈਂ ਜ਼ਰੂਰ ਗੱਲ ਕਰਨਾ ਚਾਹੂੰਗੀ। ਮੈਂ ਪਹਿਲਾਂ ਵੀ ਕਈ ਪਲੈਟਫਾਰਮਸ 'ਤੇ ਕੀਤੀ ਹੈ। ਟਿਕਰੀ 'ਤੇ ਆਪਾਂ ਬੈਠੇ ਹਾਂ, ਟਿਕਰੀ ਤੁਸੀਂ ਸਿੰਘੂ ਵੀ ਵਿਜ਼ਿਟ ਕੀਤਾ ਹੋਣਾ, ਸਿੰਘੂ ਅਤੇ ਟਿਕਰੀ ਦਾ ਕੁਛ ਕੁਛ ਫਰਕ ਹੈ ਕੁਛ ਚੀਜ਼ਾਂ ਦੇ ਵਿੱਚ। ਇੱਥੇ ਜਿੱਦਾਂ ਲੰਗਰ ਗਿਣਤੀ 'ਚ ਘੱਟ ਨੇ, ਜਿਹਦੇ ਕਰਕੇ ਇਹ ਹੈ ਕਿ ਟਰੋਲੀਜ਼ ਇੱਕ ਫੈਮਲੀ ਦੇ ਤੌਰ 'ਤੇ ਹੀ ਐਕਟ ਕਰਦੀਆਂ ਨੇ, ਲੋਕ ਉੱਠ ਕੇ ਆਪਣਾ ਖਾਣਾ ਬਣਾਉਂਦੇ ਨੇ ਸੁਬਾਹ ਸ਼ਾਮ ਹਨ। ਅਤੇ ਇੱਥੇ ਜਿਹੜੀ ਇੰਟਰਸਟਿੰਗ ਚੀਜ਼ ਹੈ ਕਿ ਕੰਮ ਦੀ ਜੈਂਡਰ ਡਿਵੀਜ਼ਨ ਨਹੀਂ ਹੈਗੀ। ਇਟਸ ਨੋਟ ਲਾਈਕ ਕਿ ਔਰਤਾਂ ਨੇ ਅੰਦੋਲਨ ਦੇ ਵਿੱਚ ਉਹ ਖਾਣਾ ਬਣਾਉਣਗੀਆਂ ਅਤੇ ਮਰਦ ਬਹਿ ਕੇ ਖਾਣਗੇ। ਆਹ ਤੁਹਾਡੇ ਸਾਹਮਣੇ ਇੱਧਰ ਖਾਣਾ ਬਣੀ ਜਾਂਦਾ ਹੈ, ਜੇ ਟਰੋਲੀਆਂ 2 ਟਰੋਲੀਆਂ ਦਾ ਸਾਂਝਾ ਖਾਣਾ ਬਣਦਾ, ਜੇ ਟਰੋਲੀਆਂ 'ਚ ਦੋਨਾਂ 'ਚ ਮਰਦ ਨੇ ਤਾਂ ਉਹੀ ਆਪਣਾ ਖਾਣਾ ਬਣਾਉਣਗੇ। ਦੈਟ ਵਾਜ਼ ਲਾਈਕ ਸਮਥਿੰਗ ਇੰਟਰਸਟਿੰਗ ਫੋਰ ਪੰਜਾਬੀਜ਼ ਐਜ਼ ਅ ਕਮਿਊਨਿਟੀ। ਅਤੇ ਮੈਂ ਇੱਕ ਦਿਨ ਇੱਥੇ ਸਲੋਗਨ ਰਾਈਟਿੰਗ ਕਰ ਰਹੀ ਸੀ ਟਿਕਰੀ, ਅਤੇ ਮੈਨੂੰ ਭੁੱਖ ਲੱਗੀ ਅਤੇ ਇੱਦਾਂ ਰੋਟੀ ਬਣ ਰਹੀ ਸੀ, ਸ਼ਾਮ ਦੇ ਟਾਈਮ ਸੀ। ਆਈ ਵਾਜ਼ ਲਾਈਕ ਮੈਂ ਰੋਟੀ ਖਾਣੀ, ਉਹ ਕਹਿੰਦੇ ਜੀ ਖਾ ਲਓ, ਬਣਾਈ ਜਾਂਦੇ ਸੀ, ਮੈਂ ਕੋਲ ਬੈਠੀ ਖਾਈ ਜਾ ਰਹੀ ਸੀ। ਇੱਕ ਮੁੰਡੇ ਨੇ ਮੈਨੂੰ ਕਿਹਾ ਹੀ ਵਾਜ਼ ਲਾਈਕ 21-22, ਹੀ ਸੈਡ ਦੀਦੀ ਜਿੱਦਣ ਮੈਂ ਆਇਆ ਸੀ ਨਾ ਮੈਨੂੰ ਆਟਾ ਵੀ ਗੁੰਨਣਾ ਨਹੀਂ ਸੀ ਆਉਂਦਾ, ਅੱਜ ਦੇਖੋ ਮੇਰੀਆਂ ਰੋਟੀਆਂ ਕਿਵੇਂ ਫੁੱਲਦੀਆਂ ਨੇ। ਆਈ ਵਾਜ਼ ਲਾਈਕ ਹਾਂ ਬਿਲਕੁਲ, ਹੈ ਨਾ। ਅਤੇ ਉਹਦੇ ਨਾਲ ਇੱਕ ਹੋਰ ਬੈਠੇ ਸੀ ਸਾਥੀ, ਉਹਨਾਂ ਦੀ ਏਜ ਹੋਣੀ 40-45 ਸਾਲ। ਹੀ ਸੈਡ ਕਹਿੰਦੇ ਰਾਜੇ ਜਦੋਂ ਅਸੀਂ ਪਹਿਲਾਂ ਘਰ ਜਾਈਦਾ ਸੀ ਨਾ, ਕਈ ਵਾਰੀ ਘਰ ਵਾਲੀ ਸੁੱਤੀ ਵੀ ਹੁੰਦੀ ਸੀ, ਉਹਨੂੰ ਉਠਾ ਕੇ ਕਹੀਦਾ ਸੀ 5 ਜਣੇ ਦੀ ਰੋਟੀ ਲਾ ਦੇ। ਕਹਿੰਦੇ ਉਦੋਂ ਲੱਗਦਾ ਸੀ 5 ਜਣੇ ਦੀ ਰੋਟੀ ਲਾਉਣੀ ਕਿੱਡੀ ਕੁ ਗੱਲ ਹੁੰਦੀ ਆ, ਸਾਰਾ ਦਿਨ ਵਿਹਲੀ ਰਹਿੰਦੀ ਘਰੇ। ਕਹਿੰਦੇ ਹੁਣ ਪਤਾ ਲੱਗਦਾ 5 ਜਣੇ ਦੀਆਂ ਰੋਟੀਆਂ ਬਣਾਉਣਾ ਕੀ ਹੁੰਦਾ ਜਦੋਂ ਆਪ ਬਣਾਉਣੀਆਂ ਪੈ ਰਹੀਆਂ। ਆਈ ਥਿੰਕ ਦੈਟ ਵਾਜ਼ ਲਾਈਕ ਰੀਅਲੀ ਇੰਟਰਸਟਿੰਗ, ਕਿਉਂਕਿ ਜਿਹੜੇ ਡੋਮੈਸਟਿਕ ਲੇਬਰ ਦੀ ਐਕਨੋਲੇਜਮੈਂਟ ਹੈ ਨਾ, ਉਹ ਉਨਾ ਚਿਰ ਨਹੀਂ ਸੀ ਹੋਣੀ ਜਿੰਨਾ ਚਿਰ ਉਹਨਾਂ ਨੂੰ ਆਪ ਕੰਮ ਨਹੀਂ ਸੀ ਕਰਨਾ ਪੈਣਾ। ਅਤੇ ਉਹ ਮੈਨੂੰ ਲੱਗਦਾ ਇੱਕ ਪ੍ਰੋਟੈਸਟ ਦੇ ਤੌਰ 'ਤੇ ਜੇ ਵੀ ਅਸੀਂ ਇਸ ਫਿਨੋਮਿਨਾ ਨੂੰ ਦੇਖੀਏ, ਦੈਟ ਸਮਥਿੰਗ ਜੋ ਇਹ ਅੰਦੋਲਨ ਸਾਨੂੰ ਸੋਸਾਇਟੀ ਦੇ ਤੌਰ 'ਤੇ ਸੋਸ਼ਲੀ ਅਤੇ ਕਲਚਰਲੀ ਦੇ ਕੇ ਜਾਊਗਾ ਲੌਂਗ ਰਨ ਦੇ ਵਿੱਚ। ਅਤੇ ਆਈ ਥਿੰਕ
ਇਦਾਂ ਦੀਆਂ ਸਟੋਰੀਆਂ ਜਿਹੜੀਆਂ ਨੇ ਅਸੀਂ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਟਰੋਲੀ ਟਾਈਮ ਦੇ ਵਿੱਚ, ਜਿਹੜੀਆਂ ਕਿ ਪੂਰੇ ਅੰਦੋਲਨ ਨੂੰ ਹੋਰ ਕਹਿ ਲਓ ਹਿਊਮਨ ਉਹਦਾ ਐਂਗਲ ਦਿੰਦੀਆਂ ਨੇ। ਐਂਡ ਮੋਰ ਓਵਰ ਉਹਦੇ 'ਚ ਇੱਕ ਸਟੋਰੀ ਮੈਂ ਤੁਹਾਨੂੰ ਹੋਰ ਦੱਸਦੀ। ਸਿੰਘੂ 'ਤੇ ਆਪਾਂ ਬਹੁਤ ਸਾਰਿਆਂ ਨੇ ਸੁਣਿਆ ਸੀਗਾ ਕਿ ਖਾਲਸਾ ਏਡ ਨੇ ਨਾ ਫੁੱਟ ਮਸਾਜਰ ਲਾਏ ਵੱਡੀ ਗਿਣਤੀ 'ਚ, ਜਿਹਨੂੰ ਕਹਿ ਲਓ ਗੋਦੀ ਮੀਡੀਆ ਨੇ ਬਹੁਤ ਉਛਾਲਿਆ ਵੀ, ਹੈ ਨਾ ਵੀ ਇਹ ਤਾਂ ਕਿੱਡਾ ਆਲੀਸ਼ਾਨ ਪ੍ਰੋਟੈਸਟ ਹੈ ਅਤੇ ਇਹ ਹੈ ਵੋ ਹੈ। ਅਤੇ ਖਾਲਸਾ ਏਡ ਅਸੀਂ ਸਮਝਦੇ ਹਾਂ ਬਹੁਤ ਵਧੀਆ ਕੰਮ ਕਰ ਰਹੀ ਹੈ, ਬਟ ਦੇ ਆਲਸੋ ਹੈਵ ਰਿਸੋਰਸਿਸ। ਸਿੰਘੂ 'ਤੇ ਜਿੱਦਣ ਇਹ ਖਬਰ ਆਈ, ਨੈਕਸਟ ਡੇ ਆਈ ਵਿਜ਼ਿਟ ਸਿੰਘੂ, ਮੈਂ ਤੁਰੀ ਜਾ ਰਹੀ ਸੀ, ਸਡਨਲੀ ਮੈਂ ਦੇਖਿਆ ਇੱਕ ਟਰੋਲੀ ਦੇ ਸਾਹਮਣੇ ਇੱਕ ਇਨਸਾਨ ਇੱਦਾਂ ਖੜ੍ਹਾ ਹੋਇਆ ਆਪਣਾ ਝੋਲਾ ਰੱਖ ਕੇ, ਅਤੇ ਟਰੋਲੀ ਦੇ ਉੱਤੇ ਉਹਨੇ ਇੱਕ ਹੱਥ ਨਾਲ ਹੀ ਬਣਾ ਕੇ ਪੋਸਟਰ ਚਿਪਕਾਇਆ ਹੋਇਆ ਸੀ। ਉਹਦੇ 'ਤੇ ਲਿਖਿਆ ਸੀ ਸੁੱਖਾ ਉਰਫ ਇਰਸ਼ਾਦ ਮੁਹੰਮਦ ਵੱਲੋਂ ਬਜ਼ੁਰਗਾਂ ਦੀ ਮੁਫਤ ਮਾਲਿਸ਼ ਕੀਤੀ ਜਾਂਦੀ ਹੈ। ਮੈਂ ਰੁਕ ਗਈ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਕੌਣ, ਕਿੱਥੋਂ? ਹੀ ਸੈਡ ਕਿ ਮੈਂ ਮੇਰਾ ਨਾਮ ਸੁੱਖਾ ਇਰਸ਼ਾਦ ਮੁਹੰਮਦ, ਹੀ ਵਾਜ਼ ਅ ਮੁਸਲਿਮ। ਹੀ ਸੈਡ ਕਿ ਮੇਰਾ ਹੇਅਰ ਡਰੈਸਰ ਦਾ ਕੰਮ ਹੈ, ਮੈਂ ਵਾਲ ਕੱਟਦਾ ਪਟਿਆਲੇ, ਅਤੇ ਮੈਂ ਇੱਥੇ ਆਇਆ ਬਜ਼ੁਰਗਾਂ ਜਿਹੜੇ ਇੰਨੇ ਦਿਨਾਂ ਤੋਂ ਲਗਾਤਾਰ ਲੱਗੇ ਹੋਏ ਅੰਦੋਲਨ 'ਚ, ਉਹਨਾਂ ਦੀ ਮਾਲਿਸ਼ ਕਰਨ। ਮੈਂ ਕਿਹਾ ਪਰ ਤੁਹਾਡਾ ਕੀ ਮਾਲਿਸ਼ ਕਰਨ ਦਾ ਪ੍ਰੋਫੈਸ਼ਨ? ਉਹ ਕਹਿੰਦੇ ਨਹੀਂ ਨਹੀਂ ਮੈਂ ਤਾਂ ਵਾਲ ਕੱਟਦਾ। ਕਹਿੰਦੇ ਪਰ ਕਿਉਂਕਿ ਸਿੱਖ ਲੋਕ ਹੈ ਜਿਹੜੇ ਵਾਲ ਕੱਟਣਾ ਮਾੜਾ ਮੰਨਦੇ ਆ, ਪਰ ਮੈਂ ਤਾਂ ਕਿਸੇ ਢੰਗ ਨਾਲ ਸੇਵਾ ਕਰਨੀ ਹੋਈ, ਅਤੇ ਕਹਿੰਦੇ ਫਿਰ ਮੈਨੂੰ ਲੱਗਿਆ ਵੀ ਮੈਂ ਮਾਲਿਸ਼ ਕਰਕੇ ਉਹਨਾਂ ਦੀ ਸੇਵਾ ਕਰ ਸਕਦਾ। ਤਾਂ ਇਹ ਲੈਵਲ ਹੈ ਲੋਕਾਂ ਦੀ ਡੈਡੀਕੇਸ਼ਨ ਦਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਤਾਂ ਕਿਸਾਨ ਨਹੀਂ ਹੈਗੇ, ਹੈ ਨਾ, ਤੁਸੀਂ ਤੁਹਾਡੇ ਕੋਲ ਤਾਂ ਜ਼ਮੀਨ ਨਹੀਂ ਹੈਗੀ, ਫਿਰ ਤੁਹਾਨੂੰ ਕੀ ਜ਼ਰੂਰਤ ਪਈ ਇੱਥੇ? ਹੀ ਸੈਡ ਕਿਸਾਨਾਂ ਦੀ ਇਕੱਲਿਆਂ ਦੀ ਲੜਾਈ ਨਹੀਂ ਹੈਗੀ, ਕਹਿੰਦੇ ਇਹ ਕਿਸਾਨ ਤਾਂ ਕਹਿੰਦੇ ਅਸੀਂ ਤਾਂ ਸ਼ੁਕਰ ਗੁਜ਼ਾਰ ਹਾਂ ਕਿ ਇਹ ਸਾਡੇ ਲਈ ਵੀ ਇਹ ਲੜ ਰਹੇ ਨੇ। ਅਤੇ ਮੈਨੂੰ ਲੱਗਦਾ ਕਿ ਇੱਦਾਂ ਦੀਆਂ ਜਿਹੜੀਆਂ ਛੋਟੀਆਂ ਕਹਾਣੀਆਂ ਨੇ ਨਾ, ਉਹ ਸਰਕਾਰ ਦੇ ਸਾਰੇ ਦਾਅਵਿਆਂ ਨੂੰ ਤੋੜਦੀਆਂ। ਇੱਕ ਪਾਸੇ ਸਰਕਾਰ ਕਹਿੰਦੀ ਇਹ ਸਿਰਫ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਹੈ, ਨਹੀਂ, ਇਹਦੇ 'ਚ ਮੁਸਲਿਮ ਕਮਿਊਨਿਟੀ ਵੀ ਸ਼ਾਮਿਲ ਹੈ, ਜਿਹੜੀ ਕਿਸਾਨੀ ਨਹੀਂ ਕਿਸਾਨੀ ਕਿੱਤੇ ਨਾਲ ਜੁੜੀ ਹੋਈ ਉਹ ਵੀ ਇਹਦੇ 'ਚ ਸ਼ਾਮਿਲ ਹੈ। ਤਾਂ ਮੈਨੂੰ ਲੱਗਦਾ ਉਹ ਛੋਟੀਆਂ ਛੋਟੀਆਂ ਕਹਾਣੀਆਂ ਜਿਹੜੀਆਂ ਅੰਦੋਲਨ ਦੀਆਂ ਨੇ, ਉਹ ਦੇਖਣ 'ਚ ਬੇਸ਼ੱਕ ਬਹੁਤ ਸਿੰਪਲ ਲੱਗਣ, ਬਟ ਉਹ ਸਾਰੇ ਜਿਹੜੇ ਪੋਲੀਟੀਕਲ ਲੌਜਿਕਸ ਇਹ ਸਰਕਾਰ ਦੇ ਰਹੀ ਹੈ ਉਹ ਸਾਰਿਆਂ ਨੂੰ ਕਾਊਂਟਰ ਕਰਦੀ ਹੈ। ਡਾਕਟਰ ਨਵਕਿਰਨ ਕੌਰ, ਟਰੋਲੀ ਟਾਈਮਸ ਦੇ ਔਰਗਨਾਈਜ਼ਰ, ਇੱਥੇ ਪਹੁੰਚੇ ਹਾਂ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਟਰੋਲੀ ਟਾਈਮਸ ਦਾ ਜੋ ਇਹ ਇਹਨਾਂ ਨੇ ਸ਼ੈਲਟਰ ਬਣਾਇਆ ਹੋਇਆ, ਮੈਂ ਤੁਹਾਨੂੰ ਅੰਦਰ ਵੀ ਦਿਖਾਵਾਂਗੀ, ਬਟ ਇਹ ਜੋ ਦਿੱਲੀ ਦੀ ਮੈਟਰੋ ਲਾਈਨ ਰਨ ਹੁੰਦੀ ਹੈ ਉਹਦੇ ਜੋ ਵਿੱਚ ਦਾ ਡਿਵਾਈਡਰ ਹੈਗਾ, ਉਹਦੇ ਵਿੱਚ ਇਹਨਾਂ ਨੇ ਤਰਪਾਲਾਂ ਪਾ ਕੇ ਕੁਛ ਰੀਸਾਈਕਲ ਮੈਟਲ ਨੂੰ ਲੈ ਕੇ ਉਹ ਕਵਰਿੰਗ ਬਣਾ ਕੇ, ਮਤਲਬ ਇਹਦੇ ਦੀ ਇੰਜਨਿਊਰੀ ਰਾਈਟ, ਕਿਸ ਤਰ੍ਹਾਂ ਇਹਨੂੰ ਬਣਾਇਆ। ਅੰਦਰ ਵੀ ਚੱਲਦੇ ਹਾਂ ਅਤੇ ਕਿਸ ਤਰ੍ਹਾਂ ਦੇ ਪ੍ਰੋਗਰਾਮਸ ਇੱਥੇ ਹੁੰਦੇ ਹੈ, ਲੈਕਚਰਬਾਜ਼ੀ ਹੁੰਦੀ ਹੈ, ਤੁਸੀਂ ਕਹਿ ਲਓ ਪ੍ਰੋਫੈਸਰਸ ਨੂੰ ਬੁਲਾਇਆ ਜਾਂਦਾ ਹੈ, ਪੂਰਾ ਮਾਹੌਲ ਤੁਹਾਨੂੰ ਦਿਖਾਵਾਂਗੇ। ਅਤੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਕਿੱਥੇ ਨਾ ਜਾਓ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰੇ ਦਾ ਸਵਾਗਤ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਜਿਸ ਤਰ੍ਹਾਂ ਤੁਹਾਨੂੰ ਦੱਸਿਆ, ਅੱਜ ਆਪਾਂ ਪਹੁੰਚਿਆ ਟਿਕਰੀ ਬਾਰਡਰ, ਟਿਕਰੀ ਬਾਰਡਰ ਟਰੋਲੀ ਟਾਈਮਸ। ਤੁਸੀਂ ਜ਼ਰੂਰ ਨਾ ਸੁਣਿਆ ਹੋਣਾ, ਅਗਰ ਤੁਸੀਂ ਇਸ ਮੋਰਚੇ ਦੀ ਕੋਈ ਵੀ ਕਵਰੇਜ ਵੇਖ ਰਹੇ ਹੋ, ਫੋਲੋ ਕਰ ਰਹੇ ਹੋ, ਟਰੋਲੀ ਟਾਈਮਸ ਦਾ ਨਾਮ ਜ਼ਰੂਰ ਤੁਹਾਡੇ ਅੱਗੇ ਆਇਆ ਹੋਣਾ। ਸਾਡੇ ਚੈਨਲ 'ਤੇ ਵੀ ਬਹੁਤ ਜ਼ਿਆਦਾ ਕਵਰੇਜ ਇਸ ਸੰਸਥਾ ਨੂੰ ਮਿਲ ਰਹੀ ਹੈ, ਜੋ ਇੱਥੇ ਕੰਮ ਹੋ ਰਿਹਾ ਉਹਨਾਂ ਦੇ ਬਾਰੇ ਗੱਲ ਹੋ ਰਹੀ ਹੈ। ਬਟ ਹੁਣ ਮੈਂ ਤੁਹਾਨੂੰ ਥੋੜ੍ਹਾ ਦੱਸਣਾ ਚਾਹੁੰਦੀ ਕਿ ਕਿਸ ਤਰ੍ਹਾਂ ਦਾ ਕੰਮ ਇਹ ਇੱਥੇ ਕਰ ਰਿਹਾ। ਹੁਣ ਤੁਸੀਂ ਵੇਖ ਸਕਦੇ ਹੋ ਸਾਡੇ ਕਿਸਾਨ ਜੋ ਇੱਥੇ ਮੋਰਚੇ ਦੇ ਵਿੱਚ ਸ਼ਾਮਿਲ ਹੋਏ ਹੈ, ਕੁਛ ਆਗੂ ਇੱਥੇ ਪਹੁੰਚੇ, ਇੱਥੇ ਇੱਕ ਤਰ੍ਹਾਂ ਦਾ ਭਾਸ਼ਣ ਹੋਣ ਜਾ ਰਿਹਾ ਹੈ। ਇਹ ਮੋਰਚਾ ਵਿਚਾਰਾਂ ਦਾ ਹੈ, ਇਹ ਮੋਰਚਾ ਸਿਰਫ ਕਿਸੇ ਜ਼ਮੀਨ ਦੇ ਹੱਕ ਦਾ ਨਹੀਂ ਹੈਗਾ, ਇਹ ਮੋਰਚਾ ਇੱਕ ਖਿਆਲਾਤ ਦਾ ਮੋਰਚਾ ਹੈਗਾ। ਅਤੇ ਇੱਥੇ ਗੱਲ ਹੋ ਰਹੀ ਹੈ, ਸਾਡੇ ਨਾਲ ਪਹੁੰਚੇ ਹਨ ਇੱਥੇ, ਇਹ ਭਾਸ਼ਣ ਦੇਣ ਜਾਣ ਵਾਲੇ, ਇਹਨਾਂ ਨੂੰ ਆਪਾਂ ਰੋਕੇ ਕਿ ਸਾਡੇ ਲਈ 10 ਮਿੰਟ ਕੱਢ ਕੇ ਸਾਡੇ ਨਾਲ ਵੀ ਗੱਲ ਕਰੋ, ਸਾਰੇ ਸਰੋਤਿਆਂ ਨਾਲ ਕਰੋ। ਪ੍ਰੋਫੈਸਰ ਅਤੁਲ ਸੂਦ, ਪ੍ਰੋਫੈਸਰ ਮੈਂ ਆਈ ਹੈਵ ਅ ਫਿਊ ਮਿੰਟਸ ਆਫ ਯੋਰ ਟਾਈਮ? ਸਭ ਤੋਂ ਪਹਿਲੇ ਪ੍ਰੋਫੈਸਰ, ਵੈਲਕਮ ਟੂ ਆਰ ਪ੍ਰੋਗਰਾਮ, ਥੈਂਕ ਯੂ ਫੋਰ ਟੇਕਿੰਗ ਦ ਟਾਈਮ। ਮੈਂ ਚਾਹਾਂਗੀ ਤੁਸੀਂ ਥੋੜ੍ਹੇ ਦੱਸੋ, ਤੁਸੀਂ JNU ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਇਕਨੋਮਿਕਸ ਦੇ ਪ੍ਰੋਫੈਸਰ ਹੈਗੇ, ਤੁਸੀਂ ਅੱਜ ਇੱਥੇ ਕੀ ਡਿਸਕਸ ਕਰਨ ਆਏ ਹੋ ਇਹਨਾਂ ਦੇ ਨਾਲ? ਇਹ ਤੁਸੀਂ ਦੇਖੋ ਕਿ ਜਿਹੜਾ ਇਹ ਕਿਸਾਨ ਅੰਦੋਲਨ ਹੈ ਜਿਹੜਾ ਪਿਛਲੇ 3 ਮਹੀਨੇ ਤੋਂ ਚੱਲ ਰਿਹਾ ਅਤੇ ਦਿੱਲੀ ਵਿੱਚ ਪਿਛਲੇ 40-45 ਦਿਨਾਂ ਤੋਂ ਆਇਆ ਹੋਇਆ ਹੈ, ਇਸ ਨੇ ਇਸ ਮੁਲਕ ਦੇ ਅੱਗੇ ਇੰਨੇ ਸਾਰੀ ਚੀਜ਼ਾਂ ਸਿੱਖਣ ਨੂੰ ਰੱਖੀਆਂ ਹੈ ਕਿ ਅਸਲ 'ਚ ਸਾਨੂੰ ਇੱਥੇ ਆਉਣਾ ਚਾਹੀਦਾ ਹੈ ਸਿੱਖਣ ਲਈ, ਅਤੇ ਇਹਦੀ ਪਰਤਾ ਖੋਲ੍ਹਣ ਲਈ ਕਿ ਇਸ ਤੋਂ ਹੋਰ ਅੱਗੇ ਕੀ ਸਮਝਿਆ ਜਾ ਸਕਦਾ ਹੈ। ਇਹ ਕਈ ਚੀਜ਼ਾਂ ਦੇ ਬਾਰੇ ਸਾਨੂੰ ਦੱਸਦਾ ਹੈ, ਇਹ ਸਿਰਫ ਇਹ ਹੀ ਨਹੀਂ ਦੱਸਦਾ ਕਿ ਭਾਰਤ ਦੀ ਜਮਹੂਰੀਅਤ ਕਿਹੋ ਜਿਹੀ ਹੈ, ਉਸ ਜਮਹੂਰੀਅਤ ਕਿਸ ਤਰ੍ਹਾਂ ਤੋਂ ਪਿਛਲੇ 4-5-6 ਸਾਲਾਂ ਤੋਂ ਡਿਮੋਨੀਟਾਈਜੇਸ਼ਨ ਤੋਂ ਲੈ ਕੇ ਜਿਸ ਤਰ੍ਹਾਂ ਤੋਂ ਉਹ ਜਮਹੂਰੀਅਤ ਨੂੰ ਹੋਲੋ ਕੀਤਾ ਜਾ ਰਿਹਾ, ਅੰਦਰੋਂ ਖੋਖਲਾ ਕੀਤਾ ਜਾ ਰਿਹਾ, ਉਹ ਜਿਹੜਾ ਖੋਖਲਾਪਨ ਹੈ ਉਹਦਾ ਜਿਹੜੇ ਕਿਸਾਨ ਕ੍ਰਿਸ਼ੀ ਵਾਲੇ ਕਾਨੂੰਨ ਆਏ ਨੇ, ਜਿਹੜੇ ਖੇਤੀ ਵਾਲੇ ਕਾਨੂੰਨ ਆਏ ਨੇ, ਇਹਦੇ ਵਿੱਚ ਕਿਸਾਨਾਂ ਨੇ ਜਿਹੜੇ ਸਵਾਲ ਖੜ੍ਹੇ ਕੀਤੇ, ਉਹ ਇਹ ਜਿਹੜਾ ਖੋਖਲਾ ਹੋ ਰਹੇ ਸੀਗੇ ਜਮਹੂਰੀਅਤ, ਉਹਨੂੰ ਇੱਕ ਬੜੇ ਤੌਰ 'ਤੇ ਚੁਣੌਤੀ ਦਿੱਤੀ ਹੈ ਕਿ ਇਹ ਜਿਹੜਾ ਚੱਲ ਰਿਹਾ ਸੀ 5-6 ਸਾਲਾਂ ਤੋਂ ਸਾਰਾ ਕੰਮ, ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਇਹਦੇ ਅੱਗੇ ਬੜੇ ਸਵਾਲ ਖੜ੍ਹੇ ਕੀਤੇ ਆ। ਸੋ ਇਹਦੇ ਵਿੱਚ ਅਸੀਂ ਜਿਹੜੇ
ਪੜ੍ਹਨ ਲਿਖਿਆ ਵਾਲੇ ਬੰਦੇ ਹੈ, ਸ਼ਹਿਰ ਦੇ ਬੰਦੇ ਹੈ, ਸਾਨੂੰ ਇਹਦੇ 'ਚ ਬਹੁਤ ਕੁਛ ਸਿੱਖਣ ਦੀ ਲੋੜ ਹੈ ਕਿ ਜਿਹੜੇ ਪੂਰਾ ਚੱਲ ਰਿਹਾ ਸੀ 6 ਸਾਲਾਂ ਤੋਂ ਇਹਨੂੰ ਰੋਕਣ ਲਈ ਕਿਸ ਕਿਸਮ ਦੇ ਸੰਘਰਸ਼ ਦੀ ਲੋੜ ਹੈ, ਕਿਸ ਕਿਸਮ ਦੇ ਸਵਾਲ ਖੜ੍ਹੇ ਕਰਨ ਦੀ ਲੋੜ ਹੈ। ਇਹ ਤੁਸੀਂ ਅੰਦੋਲਨ ਦੇਖੋ ਕਿੰਨਾ ਪੀਸਫੁੱਲ ਅਤੇ ਆਰਾਮ ਨਾਲ ਹੈ। ਇਹਨਾਂ ਨੂੰ ਜਲਦੀ ਨਹੀਂ ਹੈ, ਸਰਕਾਰ ਨੂੰ ਜਲਦੀ ਹੈ, ਕਿਸਾਨਾਂ ਨੂੰ ਕੋਈ ਜਲਦੀ ਨਹੀਂ ਹੈ। ਅੱਜ ਨਹੀਂ ਹੋਏਗਾ, ਕੱਲ੍ਹ ਹੋਏਗਾ, ਕੱਲ੍ਹ ਨਹੀਂ ਹੋਏਗਾ, ਪਰਸੋਂ ਹੋਏਗਾ। ਇਹਨਾਂ ਨੂੰ ਪਤਾ ਹੈ ਕਿ ਜਿਹੜੀ ਅਸੀਂ ਗੱਲ ਕਹਿ ਰਹੇ ਹਾਂ ਉਹ ਅਸਲ ਗੱਲ ਹੈ, ਉਹ ਦਿਲ ਦੀ ਗੱਲ ਹੈ, ਉਹ ਸੱਚੀ ਗੱਲ ਹੈ, ਔਰ ਇਹ ਜੇ ਸੱਚੀ ਗੱਲ ਹੈ ਤਾਂ ਇਹਦੀ ਜਿੱਤ ਹੋਏਗੀ। ਔਰ ਉਹਦੇ ਵਿੱਚ ਤੁਸੀਂ ਦੇਖੋ ਇੰਨੀ ਜਥੇਬੰਦੀਆਂ ਹੈ, ਅਲੱਗ ਅਲੱਗ ਕਿਸਮ ਦੀ, ਅਲੱਗ ਅਲੱਗ ਰੰਗਾਂ ਦੀ, ਅਲੱਗ ਅਲੱਗ ਵਿਚਾਰਧਾਰਾ ਦੀ, ਲੇਕਿਨ ਇੱਕੋ ਹੀ ਮਕਸਦ ਹੈ। ਮਕਸਦ ਕੀ ਹੈ ਕਿ ਇਹ ਜਿਹੜੇ ਕਾਨੂੰਨ ਨੇ ਇਹ ਕਾਲੇ ਨੇ। ਕਾਲੇ ਕਿਉਂ ਨੇ? ਕਿਉਂਕਿ ਆਮ ਲੋਕਾਂ ਦੇ ਹੱਕ ਵਿੱਚ ਨਹੀਂ ਹੈ। ਤੁਸੀਂ ਇਸ 'ਤੇ ਮੇਰਾ ਖਿਆਲ ਹੈ ਪੱਕਾ ਪੁੱਛਿਆ ਹੋਏਗਾ ਕਿ ਕਾਨੂੰਨਾਂ ਵਿੱਚ ਕੀ ਚੁਣੌਤੀਆਂ ਹੈ ਆਮ ਬੰਦਿਆਂ ਵਾਸਤੇ ਅਤੇ ਕਿਸਾਨਾਂ ਵਾਸਤੇ ਅਤੇ ਮਜ਼ਦੂਰਾਂ ਵਾਸਤੇ। ਉਹਦੇ ਬਾਰੇ ਮੈਂ ਬਹੁਤ ਗੱਲ ਨਹੀਂ ਕਰ ਰਿਹਾ ਇਸ ਵੇਲੇ, ਲੇਕਿਨ ਮੈਂ ਤੁਹਾਨੂੰ ਦੱਸਾਂ ਕਿ ਇਹ ਕਾਨੂੰਨ ਬਹੁਤ ਵੱਖਰੇ ਨੇ ਪਹਿਲੇ ਤੋਂ। ਜੇ ਤੁਸੀਂ ਸੋਚ ਕੇ ਦੇਖੋ ਇਹਦੇ ਵਿੱਚ ਇਹੋ ਜਿਹੀ ਚੀਜ਼ਾਂ ਲਾਈ ਗਈਆਂ ਜਿਹੜਾ ਕਿ ਆਜ਼ਾਦ ਭਾਰਤ ਵਿੱਚ ਕਦੀ ਲਾਈ ਨਹੀਂ ਗਈ। ਇੱਕ ਉਦਾਹਰਣ ਦਿੰਦਾ ਤੁਹਾਨੂੰ ਕਿ ਤੁਸੀਂ ਤਿੰਨੋਂ ਕਾਨੂੰਨ ਵਿੱਚ ਇੱਕ ਹੈਗਾ ਕਿ ਜੇ ਚਾਹੇ ਉਹ ਕਰਾਰ ਬਾਰੇ ਕਾਨੂੰਨ ਹੋਏ, ਚਾਹੇ ਉਹ ਮਾਰਕੀਟਿੰਗ ਕਮੇਟੀ ਬਾਰੇ ਕਾਨੂੰਨ ਹੋਏ, ਚਾਹੇ ਉਹ ਐਸੈਂਸ਼ੀਅਲ ਕਮੋਡਿਟੀ ਬਾਰੇ, ਉਹਦੇ 'ਚ ਹੈਗਾ ਕਿ ਇਸ ਦੇਸ਼ ਦੇ ਜਿਹੜੇ ਨਿਯਮ ਕਾਨੂੰਨ ਨੇ ਕੋਈ ਲਾਗੂ ਨਹੀਂ ਹੁੰਦੇ। ਕਹਿੰਦੇ ਜੇ ਝਗੜਾ ਹੋਏਗਾ ਤਾਂ ਜਿਹੜਾ ਸਰਕਾਰ ਜਿਹੜੇ ਕਾਨੂੰਨ ਬਣਾ ਰਹੀ ਹੈ ਉਹ ਇਹਦਾ ਫੈਸਲਾ ਕਰੇਗੀ। ਇਹ ਪਹਿਲੀ ਵਾਰ ਹੋਇਆ, ਨਹੀਂ ਤਾਂ ਸਰਕਾਰ ਹਰ ਵੇਲੇ ਮੰਨਦੀ ਹੈ ਕਿ ਜੇ ਕੋਈ ਡਿਸਪਿਊਟ ਹੋਏਗਾ ਦੋ ਪਾਰਟੀਜ਼ ਦੇ ਵਿੱਚ ਤਾਂ ਉਹਦੇ ਡਿਸਪਿਊਟ ਕਰਨ ਲਈ ਥਰਡ ਪਾਰਟੀ ਆਏਗੀ। ਥਰਡ ਪਾਰਟੀ ਕੌਣ ਹੋਏਗੀ? ਜੁਡੀਸ਼ਰੀ ਹੋਏਗੀ, ਕੋਈ ਹੋਰ ਮੈਕੈਨਿਜ਼ਮ ਹੋਏਗਾ। ਇਹਦੇ ਵਿੱਚ ਕਹਿੰਦੇ ਜੀ SDM ਹੋਏਗਾ, ਹਰ ਚੀਜ਼ ਵਿੱਚ SDM ਹੋਏਗਾ। SDM ਜੋ ਮਨਜ਼ੂਰ ਨਹੀਂ ਹੈ ਤਾਂ SDM ਆਪਣੇ ਬੰਦੇ ਨੁਮਾਇੰਦੇ ਬਿਠਾਏਗਾ, ਯਾਨੀ ਭਾਵੇਂ ਤੁਹਾਡਾ ਕਰਾਰ ਦੇ ਬਾਰੇ ਝਗੜਾ ਹੋਏ, ਤੁਹਾਡਾ ਮੰਡੀ ਵਿੱਚ ਜਿਹੜਾ ਤੁਹਾਡਾ ਪ੍ਰੋਡਿਊਸ ਹੈ ਉਹਨੂੰ ਪੇਮੈਂਟ ਦੇ ਵਾਸਤੇ ਝਗੜਾ ਹੋਏ, ਉਹਦੇ ਵਿੱਚ ਕਿਤੇ ਵੀ ਇਹ ਵਾਅਦਾ ਨਹੀਂ ਹੈ ਕਿ ਤੁਸੀਂ ਦੇਖੋ ਕਾਨੂੰਨਾਂ ਦੇ ਨਾਂ ਵੀ ਬਹੁਤ ਇੰਟਰਸਟਿੰਗ ਨੇ। ਕਿਤੇ ਨਹੀਂ ਕਿਹਾ ਹੋਇਆ ਫੇਅਰ ਐਂਡ ਰੈਮੂਨਰੇਟਿਵ ਪ੍ਰਾਈਸ। ਸੋ ਇਹ ਕਿਸੇ ਕਿਸਾਨ ਨੂੰ ਉਹਦੇ ਅਸਲ ਦਾਮ ਦੇਣ ਵਾਸਤੇ ਕਾਨੂੰਨ ਨਹੀਂ ਹੈ, ਇਹ ਇਹੋ ਜਿਹੀ ਵਿਵਸਥਾ ਬਣਾਉਣ ਵਾਸਤੇ ਹੈ ਜਿਹੜੀ ਸਰਕਾਰ ਸਮਝਦੀ ਹੈ ਕਿ ਕਿਸਾਨ ਨੂੰ ਫਾਇਦਾ ਕਰੇਗੀ। ਅਤੇ ਜਿਹੜੇ ਕਾਨੂੰਨ ਨੇ ਉਹ ਵਿਵਸਥਾ ਬਣਾਉਣ ਵਾਲੇ। ਉਹ ਵਿਵਸਥਾ ਕੀ ਹੈ ਕਿ ਮਾਰਕੀਟ ਨੂੰ ਖੋਲ੍ਹ ਦਿਓ, ਸਭ ਨੂੰ ਇੱਕ ਤਰੀਕੇ ਨਾਲ ਮਾਰਕੀਟ 'ਚ ਆਉਣ ਦਿਓ, ਤੁਸੀਂ ਵੇਚੋ ਮੈਂ ਖਰੀਦਾਂਗਾ। ਔਰ ਇਹਦੇ ਵਿੱਚ ਉਹ ਕਹਿੰਦੇ ਕਿਸਾਨ ਦਾ ਫਾਇਦਾ ਹੋਏਗਾ। ਕਿਤੇ ਵੀ ਸਰਕਾਰ ਗਰੰਟੀ ਨਹੀਂ ਦਿੰਦੀ ਕਿ ਇਹਦੇ ਵਿੱਚ ਜੇ ਸਰਕਾਰ ਨਾਲ ਫਾਇਦਾ ਨਹੀਂ ਹੋਏਗਾ ਤਾਂ ਅਸੀਂ ਕਿੰਝ ਕਿਸਾਨ ਦੇ ਨਾਲ ਖੜ੍ਹੇ ਹਾਂ, ਅਸੀਂ ਕਿੰਝ ਮਜ਼ਦੂਰ ਦੇ ਨਾਲ ਖੜ੍ਹੇ ਹਾਂ, ਕਿਤੇ ਵੀ ਨਹੀਂ ਇਹਦੇ ਵਿੱਚ ਆਇਆ ਹੋਇਆ। ਸੋ ਇਹ ਬੜਾ ਇੰਟਰਸਟਿੰਗ ਹੈਗਾ ਕਿ ਸਰਕਾਰ ਨੇ, ਔਰ ਇਹ ਬਹੁਤ ਦਿਨਾਂ ਤੋਂ ਚੱਲ ਰਿਹਾ ਹੈ, ਸਰਕਾਰ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਇਹਨੇ ਪਰਿਭਾਸ਼ਾ ਬਦਲ ਦਿੱਤੀ ਹੈ, ਇਹਨਾਂ ਨੇ ਡੈਫੀਨੇਸ਼ਨਸ ਬਦਲ ਦਿੱਤੀਆਂ ਹੈ। ਇਹ ਹੁਣ ਡੈਫੀਨੇਸ਼ਨ ਇਹ ਹੈ ਕਿ ਇਹ ਮੁਲਕ ਬਰਾਬਰੀ ਲਈ ਨਹੀਂ, ਇਹ ਮੁਲਕ ਗਰੀਬ ਲਈ ਨਹੀਂ, ਇਹ ਮੁਲਕ ਸਿਰਫ ਕਾਰਪੋਰੇਟ ਅਮੀਰ ਵਾਸਤੇ ਹੈ। ਅਤੇ ਉਹ ਇਹਨੂੰ ਜਿਹਨੂੰ ਕ੍ਰਿਕਟ ਵਿੱਚ ਕਹਿੰਦੇ ਫਰੰਟ ਫੁੱਟ ਤੋਂ ਬੈਟਿੰਗ ਕਰ ਰਹੇ ਨੇ, ਪਿੱਛੇ ਜਾ ਕੇ ਨਹੀਂ ਕਰ ਰਹੇ, ਓਪਨਲੀ ਕਹਿ ਰਹੇ ਅਸੀਂ ਉਹਨਾਂ ਦੇ ਕਰ ਲਈ ਕਾਨੂੰਨ ਬਣਾਵਾਂਗੇ ਔਰ ਕਾਨੂੰਨ ਚਲਾਵਾਂਗੇ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਇਹੋ ਜਿਹਾ ਮੌਕਾ ਹੈ ਜਿਹਦੇ ਵਿੱਚ ਬੁੱਧੀਜੀਵੀਆਂ ਨੂੰ, ਵਿਦਿਆਰਥੀਆਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਔਰਤਾਂ ਨੂੰ, ਸਭ ਨੂੰ ਮਿਲ ਕੇ ਇੱਕ ਸਮਝ ਬਣਾ ਕੇ। ਇਹ ਲੰਬੀ ਲੜਾਈ ਹੈ, ਇਹ ਕਾਨੂੰਨ ਵਾਪਸ ਹੋ ਜਾਣਗੇ ਉਹਦੇ ਬਾਅਦ ਵੀ ਲੜਾਈ ਹੈ, ਜੀਵਨ ਬਦਲ ਨਹੀਂ ਜਾਣਾ, ਵਾਪਸ ਜਾ ਕੇ ਕਿਸਾਨਾਂ ਨੂੰ ਫਿਰ ਹੋਈ। ਤੁਸੀਂ ਦੇਖ, ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਕਿਸਾਨਾਂ ਦੇ ਉੱਪਰ ਉਧਾਰੀ ਹੈ। ਸਰ ਤੁਸੀਂ ਬਦਲਾਵ ਦੀ ਗੱਲ ਕੀਤੀ, ਬਟ ਇੱਥੇ ਜੋ ਮਾਹੌਲ ਬਣਿਆ ਹੋਇਆ ਮੈਂ ਉਹਨੂੰ ਲੈ ਕੇ ਤੁਹਾਡੇ ਤੋਂ ਇੱਕ ਪੁੱਛਣਾ ਚਾਹੁੰਦੀ ਹਾਂ। ਤੁਸੀਂ ਇਹਨਾਂ ਸਾਰੇ ਜੋ ਇੱਥੇ ਮੌਜੂਦ ਹਨ ਉਡੀਕ ਰਹੇ ਆ, ਤੁਹਾਡੇ ਇਲੈਕਸ਼ਨ ਨੂੰ ਸੁਣਨ ਲਈ ਵੇਟ ਕਰ ਰਹੇ, ਉਹਨਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਤੁਸੀਂ ਇੰਟਰੈਕਟ ਕੀਤਾ ਹੈ ਇਸ ਮੋਰਚੇ ਦੇ ਵਿੱਚ, ਉਹਨਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਬਦਲਾਵ ਨੋਟਿਸ ਕੀਤਾ, ਉਹਨਾਂ ਦੇ ਖਿਆਲਾਤ, ਉਹਨਾਂ ਦੇ ਸੁਭਾਅ ਦੇ ਵਿੱਚ ਕਿ ਇਸ ਚੀਜ਼ ਦੇ ਹੋਣ ਤੋਂ ਬਾਅਦ ਭਾਵੇਂ ਜਦੋਂ ਇਹ ਰਿਜ਼ੋਲਵ ਵੀ ਹੋ ਜਾਂਦਾ ਹੈ, ਸੰਘਰਸ਼ ਰਿਜ਼ੋਲਵ ਹੋ ਜਾਂਦਾ ਹੈ ਕਦੀ ਨਾ ਕਵਾਰ ਤਾਂ ਇਹ ਰਿਜ਼ੋਲਵ ਹੋਏਗਾ, ਉਸ ਤੋਂ ਬਾਅਦ ਇਹ ਸਾਰਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਬਦਲਾਵ ਤੁਸੀਂ ਵੇਖਦੇ ਹੋ ਆਏਗਾ? ਤੁਸੀਂ ਇਹ ਦੇਖੋ ਕਿ ਇਸ ਅੰਦੋਲਨ ਨੇ ਜਿਹੜੀ ਖੇਤੀ ਦੇ ਬਾਰੇ ਪਰਤਾਂ ਖੋਲੀਆਂ ਹੈ ਕਿਸਾਨਾਂ ਦੇ ਵਿੱਚ, ਮਜ਼ਦੂਰਾਂ ਵਿੱਚ, ਸਾਡੇ ਵਿੱਚ, ਉਹ ਕਮਾਲ ਦੀ ਪਰਤਾਂ ਖੋਲੀਆਂ ਹੈ। ਕਿਉਂਕਿ ਉਹ ਜਦ ਇਹ ਸ਼ੁਰੂ ਹੋਇਆ ਸੀ ਤਾਂ ਲੋਕ ਕਹਿ ਰਹੇ ਸੀ ਕਾਲੇ ਕਾਨੂੰਨ ਵਾਪਸ ਹੋਣਗੇ, ਜਦ ਚੀਜ਼ਾਂ ਨੂੰ ਸਮਝਣ ਲੱਗੇ ਤਾਂ ਦੇਖਿਆ ਕਿ ਇਹ ਜਿਹੜੀ MSP ਦੀ ਗੱਲ ਹੋ ਰਹੀ ਹੈ ਇਹ ਤਾਂ ਬਹੁਤ ਛੋਟੇ ਖਿੱਤੇ ਨੂੰ ਮਿਲਦਾ ਹੈ, ਬਾਕੀਆਂ ਲੋਕਾਂ ਨੂੰ ਮਿਲਦਾ ਹੀ ਨਹੀਂ ਹੈ। ਜੇ MSP ਅਨਾਊਂਸ ਵੀ ਕਰ ਦੇਣ ਤਾਂ ਕੋਈ ਜ਼ਰੂਰੀ ਨਹੀਂ ਹੈ ਕਿ ਸਰਕਾਰ ਖਰੀਦੇਗੀ, ਪ੍ਰੋਕਿਓਰਮੈਂਟ ਕਦ ਹੋਏਗਾ, ਜਿਹੜਾ MSP ਅਨਾਊਂਸ ਹੋਏਗਾ ਉਹ ਕਿੰਨੇ ਟਾਈਮ ਪੀਰੀਅਡ ਲਈ ਵੈਲਿਡ ਹੁੰਦਾ ਹੈ, ਇਹੋ ਜਿਹੇ ਸਵਾਲ ਪਹਿਰੇ ਪੁੱਛੇ ਹੀ ਸੀ ਨਹੀਂ ਸੀਗੇ ਲੋਕਾਂ ਨੇ। ਉਹ ਚੱਲਦਾ ਸੀਗਾ ਕਿ ਹਾਂ ਪ੍ਰਾਈਜ਼ ਦੱਸ ਦਿਓ, ਇੰਨੇ ਦੀ ਵਿੱਚ ਗੇਹੂੰ ਖਰੀਦਾਂਗੇ ਇੰਨੇ, ਪਰ ਇਹ ਇੰਨੀ ਗਹਿਰਾਈ ਦੇ ਸਵਾਲ ਜਿਹਨੂੰ ਕਹਿੰਦੇ ਪਰਤਾਂ ਦਾ ਖੁੱਲ੍ਹਣਾ, ਉਹਦੇ ਇਲਾਵਾ ਤੁਸੀਂ ਇਹ ਦੇਖੋ ਕਿ ਜਿਹੜਾ ਖੇਤ ਮਜ਼ਦੂਰ ਹੈ
ਉਹਦੇ ਸਾਰੇ ਸਵਾਲ ਕਿ ਖੇਤ ਮਜ਼ਦੂਰ ਇਸ ਅੰਦੋਲਨ ਵਿੱਚ ਕੀ ਪ੍ਰਾਪਤ ਕਰੇਗਾ ਕਿਸਾਨਾਂ ਦੇ ਨਾਲ, ਇਹ ਸਵਾਲ ਪਹਿਲੇ ਆਏ ਨਹੀਂ। ਇਹ ਸਵਾਲ ਇਸ ਅੰਦੋਲਨ ਦੇ ਦੌਰਾਨ ਜਿਸ ਪੈਮਾਨੇ 'ਤੇ ਆ ਰਹੇ ਨੇ ਅਤੇ ਜਿਸ ਗਹਿਰਾਈ 'ਤੇ ਆ ਰਹੇ ਨੇ, ਇਹ ਪਰਤਾ ਖੋਲ੍ਹਣ ਲਈ ਇੱਕ ਇਹੋ ਜਿਹਾ ਮੌਕਾ ਹੈ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਇਹਦੇ ਬਾਅਦ ਹਿੰਦੁਸਤਾਨ ਵਿੱਚ ਆਮ ਜ਼ਿੰਦਗੀ ਇੱਕ ਲੈਵਲ 'ਤੇ ਤਾਂ ਉਂਝ ਹੀ ਰਹੇਗੀ ਜਿੰਝ ਪਹਿਲੇ ਸੀਗੀ, ਪਰ ਦੂਜੇ ਲੈਵਲ 'ਤੇ ਨਵੇਂ ਇਨਸਾਨ ਹੋਣਗੇ ਜਿਹੜੇ ਇਸ ਅੰਦੋਲਨ ਤੋਂ ਨਿਕਲੇ ਹੋਣਗੇ, ਜਿਹੜੇ ਕਿ ਜ਼ਿੰਦਗੀ ਨਵੇਂ ਤਰੀਕੇ 'ਤੇ ਜੀਣ ਦੇ ਲਈ ਸੰਘਰਸ਼ ਕਰ ਰਹੇ ਹੋਣਗੇ। ਸੁੰਦਰਲੀ ਪ੍ਰੋਫੈਸਰ ਅਤੁਲ ਸੂਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਇੱਥੇ ਪਹੁੰਚੇ ਟਰਾਲੀ ਟਾਈਮਸ ਦੇ ਟੈਂਟ ਦੇ ਵਿੱਚ ਉਹਨਾਂ ਨੇ ਸੈਟਅਪ ਬਣਾਇਆ। ਗੱਲ ਇਸ ਤਰ੍ਹਾਂ ਜਾਰੀ ਰਹੇਗੀ, ਤੁਸੀਂ ਕਿੱਥੇ ਨਾ ਜਾਓ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਾ ਸਵਾਗਤ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਟਿਕਰੀ ਬਾਰਡਰ ਟਰਾਲੀ ਟਾਈਮਸ ਦਾ ਜੋ ਇੱਥੇ ਸੈਟਅਪ ਬਣਿਆ ਹੋਇਆ ਉੱਥੇ ਆਪਾਂ ਪਹੁੰਚੇ ਹਾਂ। ਮੈਂ ਵਿਊਰਸ ਨੂੰ ਇੱਕ ਇਹ ਛੋਟੀ ਜਿਹੀ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਇੱਥੇ ਸਾਡੇ ਉੱਤੇ ਇੱਕ ਬਹੁਤ ਵੱਡੀ ਮੈਟਰੋ ਲਾਈਨ ਜੋ ਦਿੱਲੀ ਦੀ ਮੈਟਰੋ ਚੱਲਦੀ ਹੈ ਉਹਦੇ ਥੱਲੇ ਆਪਾਂ ਬੈਠੇ ਹਾਂ। ਟਰਾਲੀ ਟਾਈਮਸ ਦੇ ਜੋ ਔਰਗਨਾਈਜ਼ਰ ਸੀਗੇ ਜਿਨ੍ਹਾਂ ਦੇ ਵਿੱਚ ਡਾਕਟਰ ਨਵਕਿਰਨ ਕੌਰ ਇੱਕ ਹੈਗੇ, ਉਹਨਾਂ ਨੇ ਇਸ ਮੈਟਰੋ ਦੇ ਥੱਲੇ ਜੋ ਡਿਵਾਈਡਰ ਸੀਗਾ ਹਾਈਵੇ ਦੇ ਆਲੇ ਦੁਆਲੇ ਉਹਦੇ ਵਿੱਚ ਆਪਣਾ ਇਹ ਸੈਟਅਪ ਬਣਾਇਆ ਹੋਇਆ। ਉਹਦੇ ਉੱਤੇ ਇਹਨਾਂ ਨੇ ਤਰਪਾਲਾਂ ਪਾ ਕੇ ਇਹ ਸੈਟਅਪ ਇੱਦਾਂ ਦਾ ਬਣਾਇਆ ਕਿ ਇਹ ਹੁਣ ਇਹਨਾਂ ਦਾ ਪਰਮਨੈਂਟ ਬੇਸ ਹੈਗਾ। ਇਟਸ ਜਸਟ ਅ ਵੈਰੀ ਇੰਜੀਨਿਊਟਿਵ ਵੇ ਟੂ ਕ੍ਰੀਏਟ ਅ ਟੈਂਪਰਰੀ ਲਿਵਿੰਗ ਸ਼ੈਲਟਰ। ਮਤਲਬ ਕਿਸ ਤਰ੍ਹਾਂ ਦੀ ਕ੍ਰੀਏਟਿਵਿਟੀ ਤੁਸੀਂ ਦੇਖੋ ਇੱਥੇ ਬਣਾਈ ਹੋਈ ਹੈ। ਅਤੇ ਜਿੱਥੇ ਡਾਕਟਰ ਨਵਕਿਰਨ ਕੌਰ ਦੀ ਗੱਲ ਆਉਂਦੀ, ਉਹਨਾਂ ਦੀ ਮਦਰ ਜਸਬੀਰ ਕੌਰ ਨੱਥ ਸਾਡੇ ਨਾਲ ਜੁੜੇ ਹਨ। ਜਸਬੀਰ ਜੀ, ਸਭ ਤੋਂ ਪਹਿਲਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਟ ਇਹ ਤੁਹਾਡਾ ਪਹਿਲਾ ਸੰਘਰਸ਼ ਨਹੀਂ ਹੈ, ਤੁਹਾਡਾ ਪਹਿਲਾ ਦਿਨ ਨਹੀਂ ਹੈ ਸੰਘਰਸ਼ ਦੇ ਵਿੱਚ। ਸਭ ਤੋਂ ਪਹਿਲਾਂ ਮੈਨੂੰ ਦੱਸੋ ਤੁਸੀਂ ਇਸ ਮੋਰਚੇ ਦੇ ਵਿੱਚ ਕਦੋਂ ਸ਼ਾਮਿਲ ਹੋਏ ਐਂਡ ਤੁਸੀਂ ਕਿਸ ਤਰ੍ਹਾਂ ਇੱਥੇ ਇਨਵੋਲਵ ਹੋਏ ਹੋ ਤਦ ਤੋਂ? ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਲਾਲ ਸਲਾਮ। ਮੈਂ ਦੇਖੋ, ਅਸੀਂ ਜਿੱਦਣ 5 ਜੂਨ ਨੂੰ ਇਹਦੇ ਖੇਤੀ ਸੰਬੰਧੀ ਕਾਨੂੰਨਾਂ ਦੇ ਸੰਬੰਧ 'ਚ ਆਰਡੀਨੈਂਸ ਆਇਆ ਸੀ ਤਾਂ ਸਾਨੂੰ ਉੱਦਣ ਹੀ ਸਮਝ ਲੱਗ ਗਈ ਸੀ ਕਿ ਇਹ ਕੀ ਆ। ਤਾਂ ਅਸੀਂ ਉਸ ਤੋਂ, ਭਾਵੇਂ ਉਦੋਂ ਲੋਕਡਾਊਨ ਲੱਗਾ ਸੀ, ਪੰਜਾਬ ਦੇ ਵਿੱਚ ਕਰਫਿਊ ਵੀ ਸੀ, ਤਾਂ ਅਸੀਂ ਉਸ ਤੋਂ ਅਗਲੇ ਦਿਨ ਹੀ ਇਹਦੇ ਉੱਤੇ ਸੈਮੀਨਾਰ ਕਰਨਾ ਜਾਂ ਲੋਕਾਂ ਨੂੰ ਮੋਬਲਾਈਜ਼ ਕਰਨਾ ਸ਼ੁਰੂ ਕਰ ਦਿੱਤਾ ਸੀ, ਸਮਝਾਉਣਾ। ਉਸ ਤੋਂ ਬਾਅਦ 25 ਸਤੰਬਰ ਨੂੰ ਦੇਸ਼ ਭਰ ਦੇ ਵਿੱਚ ਇੱਕ ਸਟ੍ਰਾਈਕ ਹੋਈ ਸੀ। ਮੇਰਾ ਮਾਨਸਾ ਸ਼ਹਿਰ ਆ ਅਤੇ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਬੜੀ ਜ਼ਬਰਦਸਤ ਉਹ ਸਟ੍ਰਾਈਕ ਰਹੀ, ਪੂਰਾ ਸ਼ਹਿਰ ਬੰਦ ਰਿਹਾ। ਉਸ ਤੋਂ ਬਾਅਦ ਅਸੀਂ 1 ਅਕਤੂਬਰ ਤੋਂ ਲਗਾਤਾਰ ਰੇਲਵੇ ਲਾਈਨ ਦੇ ਉੱਤੇ ਧਰਨਾ ਦਿੱਤਾ। ਵੱਖ ਵੱਖ ਸੰਗਠਨਾਂ ਨੇ ਇਕੱਠੇ ਹੋ ਕੇ, ਅਸੀਂ ਸਾਰੇ ਪੰਜਾਬ ਦੇ ਜਿੰਨੇ ਵੀ ਕਿਸਾਨ ਸੰਗਠਨ ਨੇ ਉਹ ਇਕੱਠੇ ਹੋਏ ਅਤੇ ਬਾਕੀ ਵੀ ਜਿਹੜੀਆਂ ਜਨਤਕ ਜਥੇਬੰਦੀਆਂ ਉਹ ਵੀ ਸਾਡੇ ਨਾਲ ਇਸ ਸੰਘਰਸ਼ ਦੇ ਵਿੱਚ ਨੇ। ਸਾਡੇ ਸ਼ਹਿਰ ਦੇ ਵਿੱਚ ਵਪਾਰਕ ਜਥੇਬੰਦੀਆਂ ਨੇ ਸਾਰੀਆਂ, ਉਹ ਵੀ ਇਹਦੇ ਵਿੱਚ ਸ਼ਾਮਿਲ ਹੋਈਆਂ। ਤਾਂ ਅਸੀਂ ਫਿਰ ਉਦੋਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਕਿ ਜੇ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਰੇਲਵੇ ਲਾਈਨਾਂ 'ਤੇ ਬੈਠਿਆਂ ਨੇ, ਤਾਂ ਕਿਉਂਕਿ ਇੱਕ ਝੋਨੇ ਦੀ ਫਸਲ ਵੀ ਆ ਗਈ ਸੀ, ਸਾਨੂੰ ਵੀ ਬਾਰਦਾਨੇ ਦੀ ਜ਼ਰੂਰਤ ਸੀ, ਤਾਂ ਵੈਸੇ ਵੀ ਮਾਲ ਗੱਡੀਆਂ ਦਾ ਚਲਾਉਣਾ ਜ਼ਰੂਰੀ ਹੋ ਗਿਆ ਸੀ, ਬਹੁਤ ਚਿਰ ਬੰਦ ਕਰਕੇ ਤਾਂ ਸਾਰਿਆਂ ਨੂੰ ਦਿੱਕਤ ਵੀ ਆਉਂਦੀ ਆ। ਤਾਂ ਅਸੀਂ 22 ਅਕਤੂਬਰ ਤੋਂ ਮਾਲ ਗੱਡੀਆਂ ਨੂੰ ਇਜਾਜ਼ਤ ਦੇ ਦਿੱਤੀ ਸੀ ਚੱਲਣ ਦੀ। ਉਸ ਤੋਂ ਬਾਅਦ ਸਾਡੀ ਸਰਕਾਰ ਨਾਲ ਗੱਲਬਾਤ ਚੱਲਦੀ ਰਹੀ, ਟੁੱਟਦੀ ਰਹੀ, ਤਾਂ ਅਸੀਂ ਫੈਸਲਾ ਕੀਤਾ ਸੀ ਕਿ ਅਸੀਂ 26 ਨਵੰਬਰ ਤੋਂ 26 ਅਤੇ 27 ਨਵੰਬਰ ਨੂੰ 2 ਦਿਨ ਦਿੱਲੀ ਦੇ ਵਿੱਚ ਜਾ ਕੇ ਰਾਮਲੀਲਾ ਮੈਦਾਨ ਵਿੱਚ ਪ੍ਰੋਟੈਸਟ ਕਰਾਂਗੇ। ਤਾਂ ਸਾਨੂੰ ਸਰਕਾਰ ਨੇ, ਕਿਉਂਕਿ ਹਰਿਆਣਾ ਕ੍ਰੋਸ ਕਰਕੇ ਸਾਨੂੰ ਆਉਣਾ ਪੈਣਾ ਸੀ, ਹਰਿਆਣੇ 'ਚ BJP ਦੀ ਸਰਕਾਰ ਆ, ਉਹਨਾਂ ਨੇ ਉੱਥੇ ਰੋਕਾਂ ਲਾਈਆਂ, ਪਰ ਹਰਿਆਣੇ ਦੇ ਲੋਕਾਂ ਨੇ ਬਹੁਤ ਸਾਡਾ ਸਾਥ ਦਿੱਤਾ, ਸਾਡੇ ਨੌਜਵਾਨਾਂ ਨੇ ਬੜਾ ਉੱਦਮ ਕੀਤਾ, ਅਤੇ ਅਸੀਂ ਉਹ ਸਾਰੀਆਂ ਰੋਕਾਂ ਜਿੰਨੇ ਬੈਰੀਕੇਡ ਸੀ ਤੋੜ ਕੇ ਅਤੇ ਦਿੱਲੀ ਦੇ ਬਾਰਡਰਾਂ 'ਤੇ ਪਹੁੰਚ ਗਏ। ਮੈਂ ਉਸ ਦਿਨ ਤੋਂ 26 ਤਰੀਕ ਤੋਂ ਇੱਥੇ ਆਈ ਹੋਈ ਹਾਂ, ਮੇਰਾ ਪੂਰਾ ਪਰਿਵਾਰ ਇੱਥੇ ਆ, ਤਾਂ ਮੈਂ ਵਾਪਸ ਘਰ ਨਹੀਂ ਗਈ। ਤਾਂ ਮੈਨੂੰ ਇੱਕ ਗੱਲ ਦਾ ਚੰਗਾ ਵੀ ਲੱਗਦਾ ਹੈ ਕਿ ਜਿਹੜੀਆਂ 1990-91 ਤੋਂ ਨੀਤੀਆਂ ਆਈਆਂ ਸੀ, ਜਿਹਨੇ ਸਾਡਾ ਸਾਰਾ ਪਬਲਿਕ ਸੈਕਟਰ ਖਤਮ ਕਰਤਾ, ਸਾਡੇ ਬੱਚਿਆਂ ਤੋਂ ਪੜ੍ਹਾਈ ਖੋਲ੍ਹੀ, ਸਰਕਾਰੀ ਜਿਹੜੀ ਮਿਲਦੀ ਸੀ ਸਾਨੂੰ ਆਜ਼ਾਦੀ ਤੋਂ ਬਾਅਦ ਜਿਹੜੇ ਅਸੀਂ ਲਏ ਸੀ ਹੱਕ, ਸਾਡੇ ਇਲਾਜ ਖੋਲ੍ਹਿਆ, ਸਾਡੇ ਪੀਣ ਵਾਲੇ ਪਾਣੀ ਦਾ ਹੱਕ ਖੋਲ੍ਹਿਆ, ਸਾਡੇ ਬੱਚਿਆਂ ਦਾ ਰੁਜ਼ਗਾਰ ਖੋਲ੍ਹਿਆ। ਤਾਂ ਇੱਥੋਂ ਤੱਕ ਕਿ ਹੁਣ ਰੇਲਵੇ, ਏਅਰਪੋਰਟ, ਸਭ ਕੁਛ, ਜਿਹੜੇ FCI ਵਗੈਰਾ ਸੀ, ਸਭ ਕੁਛ ਜਿਹੜਾ ਹੈ ਉਹ ਪ੍ਰਾਈਵੇਟ ਮਾਲਕਾਂ ਨੂੰ ਵੇਚ ਦਿੱਤਾ ਗਿਆ ਹੈ, ਵੱਡੇ ਘਰਾਣਿਆਂ ਨੂੰ। ਤਾਂ ਜਦੋਂ ਅਖੀਰ ਦੇ ਵਿੱਚ ਮਲਟੀਨੈਸ਼ਨ ਕੰਪਨੀਆਂ ਹੋਣ ਜਾਂ ਸਾਡੇ ਦੇਸ਼ ਦੇ ਵੱਡੇ ਅਦਾਨੀ ਅਬਾਨੀ ਵਰਗੇ ਕਾਰਪੋਰੇਟ ਹੋਣ, ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਕਿਸਾਨਾਂ ਦੀ ਜ਼ਮੀਨ ਲੈ ਕੇ ਦਿਓ, ਕਿਉਂਕਿ ਅਸੀਂ ਜਿਹੜੀਆਂ ਫਸਲਾਂ ਹੋਣਗੀਆਂ ਅਸੀਂ ਖੇਤੀ ਵੀ ਖੁਦ ਕਰਾਂਗੇ, ਅਤੇ ਅਸੀਂ ਜਿਹੜੀ ਖੇਤੀ ਹੋਊਗੀ ਉਹਦੀ ਫਸਲ ਦੀ ਖਰੀਦ ਵੀ ਅਸੀਂ ਕਰਾਂਗੇ। ਤਾਂ ਲਾਜ਼ਮੀ ਤੌਰ 'ਤੇ ਆ ਕਿ ਜਦੋਂ ਫਸਲਾਂ ਦੀ ਖਰੀਦ ਕਰਨਗੇ ਉਹ ਬੜੇ, ਕਿਉਂਕਿ ਉਹਦੇ ਉੱਤੇ ਜਿਹੜੇ ਰੂਲ ਬਣਾਏ ਨੇ ਉਹਨਾਂ ਨੇ, ਕਾਨੂੰਨ ਬਣਾਏ ਨੇ, ਉਹਦੇ ਵਿੱਚ ਉਹਨਾਂ ਨੂੰ ਕੋਈ ਲਾਇਸੈਂਸ ਲੈਣ ਲਈ ਕੋਈ ਸ਼ਰਤਾਂ ਨਹੀਂ ਰੱਖੀਆਂ, ਕੋਈ ਉਹਨਾਂ ਨੇ ਫੀਸ
ਫੀਸ ਨਹੀਂ ਭਰਨੀ ਕੋਈ ਉਹਨਾਂ ਦੀ ਗਰੰਟੀ ਨਹੀਂ ਕਿ ਉਹ ਸਾਨੂੰ ਫਸਲ ਦਾ MSP ਨਿਰਧਾਰਤ ਮੁੱਲ ਵੀ ਦੇਣਗੇ ਤਾਂ ਇਸ ਕਰਕੇ ਸਾਨੂੰ ਲੱਗਦਾ ਕਿ ਉਹ ਸਾਡੀ ਫਸਲਾਂ ਦੀ ਲੁੱਟ ਵੀ ਕਰਨਗੇ ਸਾਡੀਆਂ ਜ਼ਮੀਨਾਂ ਦੇ ਉੱਤੇ ਕਾਬਜ਼ ਵੀ ਹੋਣਗੇ ਤਾਂ ਲੱਗਦਾ ਇਹ ਆ ਵੀ ਜਿੱਦਾਂ ਲੋਕ ਬੜੇ ਅੱਕੇ ਪਏ ਸੀ 30 ਸਾਲਾਂ ਦੇ ਨੀਤੀਆਂ ਤੋਂ ਬਹੁਤ ਅੱਕੇ ਪਏ ਸੀ ਤਾਂ ਇੱਕਦਮ ਜਿੱਦਾਂ ਬਰੂਦ ਦੇ ਢੇਰ 'ਤੇ ਬੈਠੇ ਹੋਣ ਅਤੇ ਉਹਨੂੰ ਚਿੰਗਾਰੀ ਲੱਗ ਗਈ ਹੋਏ ਐਂ ਬਰਸਟ ਹੋਇਆ ਤਾਂ ਹੁਣ ਇੱਕ ਬਹੁਤ ਵੱਡੀ ਲੋਕ ਲਹਿਰ ਬਣ ਗਈ ਆ ਇਹ ਇਕੱਲਾ ਕਿਸਾਨਾਂ ਦਾ ਸੰਘਰਸ਼ ਨਹੀਂ ਰਿਹਾ ਹਰ ਵਰਗ ਇਹਦੇ ਵਿੱਚ ਕੁੱਦਿਆ ਹੋਇਆ ਅਤੇ ਲਾਜ਼ਮੀ ਵੀ ਆ ਕਿਉਂਕਿ ਇਹਦਾ ਮਜ਼ਦੂਰਾਂ ਦੇ ਉੱਤੇ ਬਹੁਤ ਮਾੜਾ ਅਸਰ ਪੈਣਾ ਇਹਦਾ ਵਪਾਰੀਆਂ ਆੜ੍ਹਤੀਆਂ ਦੁਕਾਨਦਾਰਾਂ 'ਤੇ ਬਹੁਤ ਮਾੜਾ ਅਸਰ ਪੈਣਾ ਆੜ੍ਹਤੀਆਂ 'ਤੇ ਡਿਪੈਂਡੀ ਖੇਤੀ ਦੇ ਉੱਤੇ ਕਰਦੇ ਉਹਨਾਂ ਦਾ ਕਮਿਸ਼ਨ 'ਤੇ ਹੀ ਕਮਾਈ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਵੀ ਮਾਰੇ ਜਾਣਾ ਤਾਂ ਇਸ ਕਰਕੇ ਸਾਰੇ ਵਰਗਾਂ ਦਾ ਸਾਨੂੰ ਸਮਰਥਨ ਮਿਲ ਰਿਹਾ ਅਤੇ ਇਕੱਲਾ ਪੰਜਾਬ ਜਾਂ ਹਰਿਆਣੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚੋਂ ਇਹ ਦੇਸ਼ ਦੀ ਲੜਾਈ ਬਣ ਗਈ ਆ ਤੁਸੀਂ ਦੇਖੋ ਅੱਜ ਆਂਧਰਾ ਪ੍ਰਦੇਸ਼ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਔਰਤਾਂ ਆਈਆਂ ਸੀ ਤਾਮਿਲਨਾਡੂ ਤੋਂ ਆਉਂਦੇ ਹਰ ਸੂਬੇ ਦੇ ਵਿੱਚ ਆਉਂਦੇ ਆ ਇਸ ਕਰਕੇ ਲੜਾਈ ਬਹੁਤ ਵੱਡੀ ਬਣ ਗਈ ਆ ਅਤੇ ਲਾਜ਼ਮੀ ਤੌਰ 'ਤੇ ਅਸੀਂ ਜਿੱਤਾਂਗੇ ਸਰਕਾਰ ਸਾਨੂੰ ਥਕਾਉਣਾ ਚਾਹੁੰਦੀ ਹੈ ਕਾਉਣਾ ਚਾਹੁੰਦੀ ਆ ਪਰ ਨਾ ਅਸੀਂ ਅੱਕਣ ਵਾਲੇ ਨਾ ਥੱਕਣ ਵਾਲੇ ਹਾਂ ਅਸੀਂ ਤਾਂ ਸ਼ੁਰੂ ਤੋਂ ਇਹ ਸੱਦਾ ਦਿੱਤਾ ਸੀ ਲੋਕਾਂ ਨੂੰ ਕਿ ਦੇਸ਼ ਦੇ ਵਿੱਚ ਦੂਜੀ ਆਜ਼ਾਦੀ ਦੀ ਲੜਾਈ ਸ਼ੁਰੂ ਹੋ ਗਈ ਆ ਜਸਬੀਰ ਜੀ ਕਾਫੀ ਸਾਰੀ ਡਿਸਕਸ਼ਨਸ ਚੱਲ ਰਹੀ ਹੈ ਸਰਕਾਰ ਦੇ ਵਿੱਚ ਅਤੇ ਆਗੂਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵਿੱਚ ਕੋਈ ਇਹੋ ਜਿਹੀ ਵੀ ਸਾਨੂੰ ਸੁਣਨ ਨੂੰ ਮਿਲ ਰਹੀ ਹੈ ਸਰੋਤਿਆਂ ਤੋਂ ਕਿ ਦੇਖੋ ਜੀ ਕੋਟਾਂ ਦੇ ਵਿੱਚ ਇਹਦਾ ਕੋਈ ਹੱਲ ਲੱਭ ਸਕਦਾ ਹੈ ਜਿੱਥੇ ਸਰਕਾਰ ਅੜੀ ਹੋਈ ਹੈ ਦੂਜੇ ਪਾਸੇ ਲਾਗੂ ਆਗੂ ਕਿਸਾਨ ਯੂਨੀਅਨ ਲੀਡਰਸ ਉਹ ਡਟ ਕੇ ਖੜੇ ਆਪਣੇ ਪੁਆਇੰਟ 'ਤੇ ਕੋਈ ਇੱਦਾਂ ਦਾ ਕੰਪਰੋਮਾਈਜ਼ ਤੁਹਾਡੇ ਖਿਆਲ 'ਚ ਜਿਹਦੇ ਨਾਲ ਜੋ ਆਮ ਜਨਤਾ ਇੱਥੇ ਮੌਜੂਦ ਹਨ ਜਿਸ ਤਰ੍ਹਾਂ ਤੁਸੀਂ ਹੈਗੇ ਉਹਨਾਂ ਦੇ ਲਈ ਕਿਸੇ ਚੀਜ਼ ਨਾਲ ਤੁਸੀਂ ਸਹਿਮਤੀ ਰੱਖੋਗੇ ਕੋਈ ਹੱਲ ਜੋ ਕੋਰਟ ਰਾਹੀਂ ਤੁਸੀਂ ਲੱਗਦਾ ਆ ਸਕਦਾ ਜਾਂ ਇਹਦਾ ਹੱਲ ਸਿਰਫ ਤਾਂ ਸਿਰਫ ਬਿੱਲਸ ਨੂੰ ਐਕਟਸ ਨੂੰ ਰਿਪੀਲ ਕਰਕੇ ਹੀ ਹੋਏਗਾ ਦੇਖੋ ਜਿੱਥੋਂ ਤੱਕ ਇਹ ਆ ਕਿ ਕਾਨੂੰਨ ਇਹ ਵਿਧਾਨਕ ਮਾਮਲਾ ਆ ਤਾਂ ਇਹ ਸਰਕਾਰ ਨੇ ਕਾਨੂੰਨ ਬਣਾਏ ਤਾਂ ਸਰਕਾਰ ਹੀ ਇਹਨੂੰ ਰੱਦ ਕਰ ਸਕਦੀ ਤਾਂ ਸਰਕਾਰ ਸਮਝਦੀ ਆ ਕਿ ਇਹ ਤਾਂ ਡੈਮੋਕ੍ਰੇਸੀ ਆ ਤਾਂ ਵੋਟਾਂ ਅੱਗੇ ਵੀ ਆਉਣੀਆਂ ਨੇ ਤਾਂ ਉਹ ਆਰਾਮ ਨਾਲ ਉਹ ਇੱਕ ਗੱਲ 'ਤੇ ਆਉਣ ਕਿ ਅਸੀਂ ਮਤਲਬ ਪਹਿਲੀ ਗੱਲ ਉਹ ਸਮਝੌਤਾ ਕਰਨ ਕਿ ਅਸੀਂ ਰੱਦ ਕਰਾਂਗੇ ਸਰਕਾਰ ਅਜੇ ਕਰ ਰਹੀ ਟਾਲ ਮਟੋਲ ਸਾਨੂੰ ਲੋਲੀਪੋਪ ਦਿੰਦੇ ਆ ਕਿ ਪਰਾਲੀ ਵਾਲਾ ਜਿਹੜਾ ਆਰਡੀਨੈਂਸ ਬਣਾਇਆ ਉਹ ਵਾਪਸ ਲੈ ਲੈਂਦੇ ਹਾਂ ਜਿਹੜਾ ਬਿਜਲੀ ਵਾਲਾ ਆਇਆ ਉਹਨੂੰ ਉਹਦੇ ਵਿੱਚ ਸੋਧਾਂ ਕਰ ਦਿੰਦੇ ਹਾਂ ਉਹ ਪੂਰਾ ਵਾਪਸ ਲੈਣ ਦੀ ਗੱਲ ਨਹੀਂ ਕਰਦੇ ਉਹ ਸੋ ਇਸ ਕਰਕੇ ਸਾਡੀ ਜਿਹੜੀ ਜਿੱਥੋਂ ਤੱਕ ਸਾਡੀ ਜਥੇਬੰਦੀਆਂ ਦੀ ਮੰਗ ਅਸੀਂ ਇੱਕ ਵੀ ਇਹਦੇ ਵਿੱਚ ਪੋਲ ਨਹੀਂ ਛੱਡਣਾ ਚਾਹੁੰਦੇ ਕਿ ਉਹ ਕਾਰਪੋਰੇਟ ਦੇ ਹੱਕ ਵਿੱਚ ਜਾਵੇ ਅਸੀਂ ਸਮਝਦੇ ਹਾਂ ਕਿ ਖੇਤੀ ਮਾਡਲ ਸਾਡੇ ਇਹਦੇ ਵਿੱਚ ਬਹੁਤ ਕੁਝ ਸੁਧਾਰਾਂ ਦੀ ਲੋੜ ਹੈ ਪਰ ਜਿਹੜੇ ਕਾਰਪੋਰੇਟ ਪੱਕੀ ਸਰਕਾਰ ਸੁਧਾਰ ਕਰਕੇ ਲਿਆਉਣਾ ਚਾਹੁੰਦੀ ਸਾਨੂੰ ਉਹ ਹਰਗਿਜ਼ ਮਨਜ਼ੂਰ ਨਹੀਂ ਅਸੀਂ ਇਹਦੇ 'ਤੇ ਫੈਸਲਾ ਚਾਹੁੰਦੇ ਹਾਂ ਯੈਸ ਔਰ ਨੋ ਜਿੱਥੋਂ ਤੱਕ ਤੁਸੀਂ ਕੋਰਟਾਂ ਦਾ ਸਵਾਲ ਪੁੱਛਿਆ ਸੌਰੀ ਟੂ ਸੇ ਕਿ ਕੋਰਟਾਂ ਦੇ ਅਸੀਂ ਬਹੁਤ ਸਾਰੇ ਫੈਸਲੇ ਵੇਖੇ ਆ ਪਿੱਛੇ ਜੇ ਤਾਂ ਜਿੱਦਾਂ ਕੋਰਟਾਂ ਨੇ ਕਿਹਾ ਸੀ ਕਿ ਜਿਹੜੀ CBI ਆ ਉਹ ਮਤਲਬ ਤੋਤਾ ਬਣ ਜਾਂਦੀ ਹੈ ਸਰਕਾਰਾਂ ਦਾ ਅਤੇ ਅੱਜ ਸਾਨੂੰ ਕੋਰਟਾਂ ਬਾਰੇ ਵੀ ਇੱਦਾਂ ਹੀ ਕਹਿਣਾ ਪੈ ਰਿਹਾ ਕਿਉਂਕਿ ਅਸੀਂ ਬਹੁਤ ਸਾਰੇ ਪਿੱਛੇ ਫੈਸਲੇ ਦੇਖੇ ਅਸੀਂ ਪਾਣੀਆਂ ਦੇ ਸਵਾਲ 'ਤੇ ਦੇਖੇ ਬਾਬਰੀ ਮਸਜਿਦ 'ਤੇ ਵੇਖੇ ਤਾਂ ਉਹ ਫੈਸਲੇ ਜਿਹੜੇ ਆ ਮੌਜੂਦਾ ਸਰਕਾਰਾਂ ਦੇ ਮੁਤਾਬਕ ਹੀ ਹੁੰਦੇ ਆ ਜਨਤਾ ਦੀ ਮੰਗ ਮੁਤਾਬਕ ਨਹੀਂ ਹੁੰਦੇ ਪਰ ਇਹਦੇ ਬਾਵਜੂਦ ਵੀ ਅਸੀਂ ਕੋਰਟਾਂ ਤੋਂ ਉਮੀਦ ਰੱਖਦੇ ਹਾਂ ਕਿ ਕੋਰਟਾਂ ਇੰਡੀਪੈਂਡੈਂਟ ਹੁੰਦੀਆਂ ਨੇ ਅਤੇ ਉਹਨਾਂ ਨੂੰ ਜਨਤਾ ਦੀ ਗੱਲ ਸੁਣਨੀ ਚਾਹੀਦੀ ਆ ਤਾਂ ਹੁਣ ਬਹੁਤ ਸਾਰੇ ਲੋਕਾਂ ਨੇ ਇਹਦੇ ਹੱਕ ਵਿੱਚ PIL ਪਾਈਆਂ ਵੀ ਆ ਤਾਂ ਦੇਖੋ ਆਉਣ ਵਾਲਾ ਸਮਾਂ ਦੱਸੇਗਾ ਪਰ ਅਜੇ ਅਸੀਂ ਕਿਸਾਨ ਜਥੇਬੰਦੀਆਂ ਨੇ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਕੀਤਾ ਕਿਉਂਕਿ ਅਸੀਂ ਪੰਜਾਬ ਦੀਆਂ 31 ਕਿਸਾਨ ਯੂਨੀਅਨ ਸੀਗੀਆਂ ਉਹਦੇ ਵਿੱਚੋਂ ਇੱਕ ਭਾਰਤੀ ਕਿਸਾਨ ਯੂਨੀਅਨ ਲੱਖੋ ਵਾਲਿਆ ਉਹਨਾਂ ਨੇ ਇੱਕ ਪਟੀਸ਼ਨ ਪਾਤੀ ਸੀ ਅਤੇ ਉਹਦਾ ਬਹੁਤ ਵਿਰੋਧ ਹੋਇਆ ਇੱਥੋਂ ਤੱਕ ਕਿ ਉਹਨਾਂ ਦਾ ਬਾਈਕਾਟ ਵਾਲੀ ਹਾਲਤ ਵੀ ਹੋ ਗਈ ਸੋ ਇਸ ਕਰਕੇ ਅਜੇ ਅਸੀਂ ਕੋਰਟ ਵਾਲੇ ਰੁੱਖ ਨਹੀਂ ਕੀਤਾ ਅਸੀਂ ਸਰਕਾਰ 'ਤੇ ਹੀ ਦਬਾਅ ਪਾ ਰਹੇ ਹਾਂ ਜੀ ਜੀ ਜਸਬੀਰ ਕੌਰ ਨੱਥ ਸਾਡੇ ਨਾਲ ਜੁੜੇ ਹਨ ਟਰੋਲੀ ਟਾਈਮਸ ਟਿਕਰੀ ਬਾਰਡਰ ਐਂਡ ਮੈਂ ਇੱਕ ਵਾਰੀ ਫਿਰ ਦੱਸਾਂ ਡਾਕਟਰ ਨਵਕਿਰਨ ਕੌਰ ਜੋ ਇੱਕ ਮੇਨ ਔਰਗਨਾਈਜ਼ਰ ਹੈਗੇ ਇਹ ਉਹਨਾਂ ਦੇ ਮਾਮ ਹੈਗੇ ਤੁਹਾਡੇ ਪਰਿਵਾਰ ਵੱਲੋਂ ਤੁਹਾਡੇ ਹਸਬੈਂਡ ਤੁਹਾਡੇ ਬੇਟੇ ਪੂਰੇ ਪਰਿਵਾਰ ਦੀ ਮੌਜੂਦਗੀ ਇੱਥੇ ਹਾਜ਼ਰੀ ਲੱਗ ਰਹੀ ਹੈ ਇਸ ਤਰ੍ਹਾਂ ਦਾ ਇਹ ਸੰਘਰਸ਼ ਹੈਗਾ ਇਸ ਤਰ੍ਹਾਂ ਦੀ ਔਨ ਦ ਗਰਾਊਂਡ ਤੁਹਾਨੂੰ ਰਿਪੋਰਟ ਦਿੰਦੇ ਰਹਾਂਗੇ ਤੁਸੀਂ ਕਿੱਥੇ ਜਾਓ ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ ਬ੍ਰੇਕ ਤੋਂ ਬਾਅਦ ਸਾਰੇ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਪਹੁੰਚਿਆ ਟਿਕਰੀ ਬਾਰਡਰ ਇੱਥੇ ਟਰੋਲੀ ਤੁਸੀਂ ਕਹਿ ਲਓ ਟਾਈਮਸ ਜੋ ਇੱਕ ਐਂਟੀਟੀ ਬਣ ਗਈ ਹੈ ਇੱਕ ਨਾਮ ਤੁਸੀਂ ਜ਼ਰੂਰ ਸੁਣਿਆ ਹੋਣਾ ਇੱਕ ਛੋਟੀ ਜਿਹੀ ਪਬਲੀਕੇਸ਼ਨ ਜੋ ਨਿਊਜ਼ ਲੈਟਰ ਦੇ ਤੌਰ 'ਤੇ ਸ਼ੁਰੂ ਹੋਈ ਲੋਕਾਂ ਨੂੰ ਜੋੜਨ ਲਈ ਜੋ ਲੋਕ ਆਲਰੇਡੀ ਇਸ ਮੋਰਚੇ 'ਚ ਜੁੜੇ ਸੀਗੇ ਪਰ ਕਿੱਥੇ ਕਮਿਊਨੀਕੇਸ਼ਨ ਦਾ ਗੈਪ ਸੀਗਾ ਭਾਵੇਂ ਉਹ ਨੈੱਟ ਦੀ ਡਿਸਟਰਬੈਂਸ ਕਰਕੇ ਕਹਿ ਲਓ ਡਿਸਟੈਂਸ ਕਰਕੇ ਕਹਿ ਲਓ ਅਬੜਾ ਦਬੜੀ ਇੰਨੀ ਮੱਚੀ ਹੋਈ ਹੈ ਇੱਥੇ ਖਾਸ ਕਰਕੇ ਇਨੀਸ਼ਲ ਸਟੇਜਸ ਵਿੱਚ ਉਹਦੇ ਕਰਕੇ ਕਹਿ ਲਓ ਉਹ ਸਾਰੀ ਚੀਜ਼ਾਂ ਨੂੰ ਕੰਬੈਟ ਕਰਨ ਲਈ ਇਹ ਚੀਜ਼ ਸ਼ੁਰੂ ਹੋਈ ਬਟ ਕਿਸ ਤਰ੍ਹਾਂ ਦਾ ਇੰਨੇ
रूप लिता, किस तरह के रंग ये डिवेलप हुए, भावे वो लैक्चर्स होन जिस तरह प्रोफेसर अतुल सूद साढ़े नाल जुड़े सी, किस तरह थोड़ा पूरा परिवार इतने है, थोड़ी मॉम के नाल साड़ी गल हुई जो कि एक एक्टिविस्ट शुरुआत तो रहे हैं, थोड़े पैदा होने तो पहले वो एक्टिविस्ट रहे हैं, थोड़े फादर साहब थोड़े ब्रदर इतने पहुंचे हैं। डॉक्टर नवकिरण कौर, यू नो हूँ मैं चाहती तुम थोड़ा दसो कि जिन्होंने होर जानकारी चाहिए है कि यू नो जो आप प्रोटेस्ट सोचते हैं ट्रडिशनली प्रोटेस्ट मार्च होंगी है, तुम एक दिन किसी जगह पर जमा होंगे हो, यू गो देयर अपनी गिनती दिखा के साइंस चक के तुम लौट आते हो, राइट। ये प्रोटेस्ट एक वक्रे किस्म की है, इस तरह के प्रोटेस्ट के लिटरेचर नॉलेज आर्ट क्रिएटिविटी लैक्चरस प्रोफेसरस एजुकेशन का की रोल है? देखो क्योंकि इस अंदोलन की अपनी रूपरेखा बहुत अलग है, इस करके ये कह लो भी ट्रडिशनल प्रोटेस्ट जिन्हों की तुम जिक्र भी किया कि असी गए प्लैकार्ड लैके उ खड़े हुए दो घंटे ली चार घंटे ली तो वापस आ गए, उन्हें तो ये प्रोटेस्ट बहुत वक्रा है क्योंकि असी समझते हैं कि पहला लगभग तीन साढ़े तीन महीने सारा प्रोटेस्ट है जोड़ा अंदोलन है ये पंजाब के चलिया, तो हूँ ऑलमोस्ट डेढ़ महीने तो असी दिल्ली दिया दर से इतने बैठे हैं, है ना। तो जो इन्ने लंबे प्रोटेस्ट चलते हैं, है ना, वह भी सिट इन प्रोटेस्ट है लिव इन प्रोटेस्ट है, 2400 घंटे लोग इतने रह रहे हैं, एक तरीके पूरा शहर वस गया है। जे तुम देखो तो ये एक एक प्रोटेस्ट साइट अपने आप एक छोटा टाउनशिप बन गया, तो मैं लगता कि फिर उन्होंने शहरों के जिदा आप नॉर्मल जिंदगी देखते हैं कि शहरों हर तरीके दानू सुविधावान चाहिए होंगे, वो मैं लगता कि इदा के लंबे प्रोटेस्टा इन्ना टैंपरेरी शहरों के भी सेम जरूरत पैदा होंगे ने, है ना। असी देखते हैं कि इतने स्टेज चलती टिकरी के उत्ते 11 बजे तो लैके 3:30-4 बजे तक डेली स्टेज चलती है, वो असी समझते कि स्टेज पर बहुत सियानिया गल् होंगे लीडरशिप की सोचती है किस दिशा च लैके जा रही है अंदोलन वो बारे विचार वटांदरा होंगे, बट उतों की एक लिमिटेशन है कि वह एक तरफा है, साडे नेता उत्थे बोलते हैं जिहड़े भाषणकर्ता भाषण देंदे ने ते साडी जनता उत्थे बह के रिसीव करदी है गल्लां, तो पर मैनू लगता कि जदों एडे वड्डे अंदोलन का असी हिस्सा है जदों असी इन्हां तीन काले कानूनों के खिलाफ लड़ रहे हैं उदों इन्हां दी इन्हां नूं पॉलिसी लैवल पर समझना इन्हां नूं आइडियोलॉजिकल लैवल पर समझना वो सारिया चीज़ा भी साडे लई बहुत जरूरी हो जांदियां, असी इन्हां दा इतिहास समझिए कि कित्थों शुरू करके अज असी इन्हां तीन कानूनों तक पहुँचे हैं, वो सारा कुछ समझण लई मैनूं लगता है एक डिस्कशन डिबेट वाला माहौल बनना बहुत जरूरी है, उहदे लई पढ़ना बहुत ज़्यादा जरूरी है। दूजी गल इस अंदोलन दे विच जिन्ने भी बजुर्ग शामिल ने वो किते ना किते किसान अंदोलन का हिस्सा रहे ने पास्ट दे विच, बट इस अंदोलन की खास गल की है कि बहुत वड्डी गिनती च यूथ शामिल होया जिन्हां लिए शायद पहला मौका है ज़्यादातर नौजवानी लई कि वह अपनी जिंदगी च एडा वड्डा अंदोलन देख रहे ने, उन्हां च जोश बेशक है बट उन्होंने वह तजर्बे पुराने हासिल नहीं किए, तो उन्होंने जरूरी हो जाता वो किताबा पढ़न इतिहास पढ़न केड़ियां पहलां लड़ाइया हुई सी केड़े पहलां संघर्ष हुए सी उन्हां च असीं किवें जित्ते किवें हारे की खामियां सी की वधिया चीज़ां सीगियां, उन्हां सारे लिए मैनूं लगता एक डिबेट डिस्कशन वाला माहौल उहदे च आर्ट भी बहुत तरीके नाल तुहानूं हैल्प करदी है, वह सारिया चीज़ों की लोड़ उत्थे हुंदी है। तो उस च तुसीं देखोगे आपां शहीद भगत सिंह लाइब्रेरी के सामने बैठे हैं, इहदा मकसद यही सी ताकि जिहड़े लोग इत्थे बैठे ने उन्हां कोल फ्री टाइम है वह पढ़ सकन अपने फ्री टाइम के विच, ते जदों सानूं लग्या भी हाँ पढ़ाई वाला काम भी शुरू हो गया फिर जिहड़ियां चीज़ां तुसीं पढ़दे हो उन्हां नूं कई जिहड़ियां चीज़ां तुसीं सिखियां ने उन्हां नूं अनलर्न करना भी जरूरी हो जाता है, या तुहाडे दिमाग च बहुत सारे सवाल उठते जिन्हां दे जवाब तुहानूं चाहिए होंदे है, या विचारां दी डीकंस्ट्रक्शन भी जरूरी होंदी है, उहदे लई सानूं लग्या कि एक डिबेट डिस्कशन वाला माहौल जरूरी है जिहदे तहत कल डॉक्टर प्रोफेसर अतुल सूद भी इत्थे आए सी, उन्होंने अद्धा घंटा पौना घंटा अपनी गल रखी, उस तो बाद लोगों ने जिहड़े भी अपने सवाल सी तुसीं मतलब यू वोंट बिलीव नौजवानों ने किन्ने इंपॉर्टेंट सवाल उन्होंने तो पूछे, है ना। तो मैनूं लगता कि उन्हां सारियां चीज़ां ने पूरा करन लई ही आर्ट एक इंपॉर्टेंट रोल प्ले करती है, इंटलैक्ट एक इंपॉर्टेंट रोल प्ले करता है, तो उत्थे ही मैनूं लगता कि इस तरीके दियां जिहड़ियां गतिविधियां ने या एक्टिविटीज़ ने उन्हां दी इंपॉर्टेंस सानूं नज़र आई तो असी इंप्लीमेंट भी कीतियां। डॉक्टर नवकिरण, सरकार ते किसान आगुआं दे विच बैठक ते बैठक सानूं वेखण नूं मिल रही है, कोई इस वेले कंक्रीट डिसीजन या कोई हल नहीं उन्होंने रीच किया इस चीज़ नूं लैके, हुण तां सानूं ये भी सुनने नूं मिल रहा है कि देखो जी जो इस मोर्चे दे हिस्सेदार हन वो तां ये भी कह रहे कि आपां तां 2024 तक भी
ਕਰਨ ਲਈ ਬਿਲਕੁਲ ਤਿਆਰ ਹਨ ਕਿ ਅਗਰ ਇਹ ਸਰਕਾਰ ਸਾਡੇ ਲਈ ਕੁਝ ਨਹੀਂ ਕਰ ਸਕਦੀ ਆਪਾਂ ਅਗਲੀ ਸਰਕਾਰ ਤੇ ਅੱਗੇ ਆਪਣੀ ਮੰਗਾਂ ਰੱਖਾਂਗੇ ਇਸ ਆਈ ਮੀਨ ਜਦੋਂ ਲੋਕਾਂ ਨੇ ਲੰਬੇ ਸਮੇਂ ਲਈ ਸੋਚਿਆ ਸੀ ਉਹਨਾਂ ਨੇ ਪਹਿਲੇ ਮਹੀਨਾ ਦੋ ਡੇਢ ਤਿੰਨ ਮਹੀਨੇ ਸੋਚਿਆ ਹੋਣਾ ਹੈ ਫਿਰ 6 ਜਾਂ 9 ਮਹੀਨੇ ਸਾਨੂੰ ਸੁਣਨ ਨੂੰ ਮਿਲਿਆ ਕਿ ਜੀ ਸਾਡੇ ਕੋਲ 6 ਮਹੀਨੇ ਦਾ ਰਾਸ਼ਨ ਹੈਗਾ ਹੁਣ ਆਪਾਂ ਤਿੰਨ ਚਾਰ ਸਾਲਾਂ ਦੀ ਗੱਲ ਕਰ ਰਹੇ ਹਾਂ ਰਾਈਟ ਕਿਸ ਤਰ੍ਹਾਂ ਤੁਹਾਡੇ ਖਿਆਲ 'ਚ ਇਹ ਅੰਦੋਲਨ ਸਾਲਾਂ ਲਈ ਚੱਲ ਸਕਦਾ ਹੈ ਉਹਦੇ 'ਚ ਇਹਨੇ 'ਚ ਕੇਪੇਬਿਲਿਟੀ ਸਟਰੈਂਥ ਹੈਗੀ ਵੀ ਐਂਡ ਅਗਰ ਉਹ ਚੱਲਦਾ ਹੈ ਉਹਦੇ ਵਿੱਚ ਟਰੋਲੀ ਟਾਈਮਸ ਵਰਗੂ ਐਸੋਸੀਏਸ਼ਨ ਔਰਗਨਾਈਜੇਸ਼ਨ ਅਤੇ ਪਬਲੀਕੇਸ਼ਨ ਦਾ ਕੀ ਰੋਲ ਹੋ ਸਕਦਾ ਹੈ ਪਹਿਲੀ ਗੱਲ ਤਾਂ ਇਹ ਕਿ ਚੱਲ ਸਕਦਾ ਕਿ ਨਹੀਂ ਚੱਲ ਸਕਦਾ ਹੈ ਨਾ ਜੇ ਲੋਕਾਂ ਦੇ ਪਰਸਪੈਕਟਿਵ ਤੋਂ ਹੀ ਆਪਾਂ ਗੱਲ ਕਰੀਏ ਤਾਂ ਇੱਕ ਚੀਜ਼ ਆਪਾਂ ਨੂੰ ਨਹੀਂ ਭੁੱਲਣੀ ਚਾਹੀਦੀ ਕਿ ਜਿਹੜੇ ਲੋਕ ਇੱਥੇ ਵੱਡੀ ਗਿਣਤੀ 'ਚ ਸ਼ਾਮਿਲ ਨੇ ਕਿਸਾਨ ਕਿਸਾਨਾਂ ਦਾ ਕਿੱਤਾ ਹੀ ਇਹੋ ਜਿਹਾ ਜਿਹਦੇ 'ਚ ਪੇਸ਼ੈਂਸ ਉਹਨਾਂ ਲਈ ਬਹੁਤ ਜ਼ਰੂਰੀ ਚੀਜ਼ ਹੈ ਹੈ ਨਾ ਉਹ ਸਾਰਾ ਕਿੱਤਾ ਹੀ ਇਸ ਗੱਲ 'ਤੇ ਨਿਰਭਰ ਕਰਦਾ ਕਿ ਇਸ ਸਾਲ ਜੇ ਕੋਈ ਨੈਚੁਰਲ ਕੈਲਾਮਿਟੀ ਨਹੀਂ ਹੋਈ ਤਾਂ ਸ਼ਾਇਦ ਫਸਲ ਚੰਗੀ ਨਿਕਲ ਜੇ ਹੋਗੀ ਤਾਂ ਸ਼ਾਇਦ ਫਸਲ ਦਾ ਨੁਕਸਾਨ ਹੋ ਜਾਏ ਤਾਂ ਉਹਨਾਂ ਦੇ ਇੱਕ ਸੁਭਾਅ ਦਾ ਉਹ ਆਦਤ ਬਣ ਗਈ ਆ ਚੀਜ਼ਾਂ ਨੂੰ ਵੇਟ ਕਰਨਾ ਪੇਸ਼ੈਂਟਲੀ ਚੀਜ਼ਾਂ ਨੂੰ ਵੇਟ ਕਰਨਾ ਅਤੇ ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਢਾਲ ਲੈਣਾ ਇਸ ਕਰਕੇ ਜੇ ਲੋਕ ਕਹਿ ਰਹੇ ਨੇ ਕਿ ਅਸੀਂ ਜੇ 1 ਸਾਲ ਨਾ ਫੈਸਲਾ ਹੋਇਆ ਅਸੀਂ 2 ਸਾਲ ਬੈਠਾਂਗੇ 2 ਸਾਲ ਨਾ ਹੋਇਆ 4 ਸਾਲ ਬੈਠਾਂਗੇ ਤਾਂ ਉਹ ਸੱਚਮੁੱਚ ਬੈਠ ਜਾਣਗੇ ਕਿਉਂਕਿ ਠਰੰਮਾ ਇੰਤਜ਼ਾਰ ਅਤੇ ਉਸ ਇੰਤਜ਼ਾਰ ਦੇ ਨਾਲ ਨਾਲ ਕੋਸ਼ਿਸ਼ ਕਰਦੇ ਰਹਿਣਾ ਆਪਣੇ ਸਰਵਾਈਵਲ ਲਈ ਇਹ ਇਹਨਾਂ ਲੋਕਾਂ ਦਾ ਇੰਸਟਿੰਕਟ ਹੈ ਇਹ ਮਤਲਬ ਫਾਰਮਰਸ ਦੇ ਸੁਭਾਅ 'ਚ ਹੈ ਅਤੇ ਜੇ ਉਹ ਇਸ ਗੱਲ ਦਾ ਦਾਅਵਾ ਕਰ ਰਹੇ ਹੈ ਤਾਂ ਉਹ ਦਾਅਵਾ ਇਕਦਮ ਸੱਚ ਹੈ ਇਹ ਬਲਕਿ ਮੋਦੀ ਸਰਕਾਰ ਨੂੰ ਇੱਕ ਕਹਿ ਲਓ ਹਦਾਇਤ ਵੀ ਅਜੇ ਹਾਲੇ ਵੀ ਸਰਕਾਰ ਨੂੰ ਲੱਗ ਰਿਹਾ ਕਿ ਉਹ ਇਸ ਪ੍ਰੋਟੈਸਟ ਨੂੰ ਲੰਬਾ ਚਲਾ ਕੇ ਲੋਕਾਂ ਨੂੰ ਥਕਾ ਦੇਗੀ ਤਾਂ ਮੈਨੂੰ ਲੱਗਦਾ ਕਿ ਉਸ ਸਰਕਾਰ ਨੂੰ ਇਹ ਭਰਮ ਆਪਣੇ ਦਿਮਾਗ 'ਚੋਂ ਕੱਢ ਦੇਣਾ ਚਾਹੀਦਾ ਹੈ ਨਾ ਅਤੇ ਦੂਜੀ ਗੱਲ ਇਹ ਵੀ ਆ ਕਿ ਐਜ਼ ਅ ਕਮਿਊਨਿਟੀ ਵੀ ਇਹਦੇ ਵਿੱਚ ਕਲੈਕਟਿਵਨੈਸ ਦੀ ਭਾਵਨਾ ਬਹੁਤ ਜ਼ਬਰਦਸਤ ਹੈ ਸਾਂਝੀਵਾਲਤਾ ਦੀ ਭਾਵਨਾ ਬਹੁਤ ਜ਼ਬਰਦਸਤ ਹੈ ਜਿਹਦੇ ਕਰਕੇ ਅਗੇਨ ਪੋਸੀਬਿਲਿਟੀਜ਼ ਨੇ ਲੌਂਗ ਟਰਮ ਪ੍ਰੋਟੈਸਟ ਨੂੰ ਚਲਾਉਣ ਦੀਆਂ ਅਤੇ ਜਿੱਥੋਂ ਤੱਕ ਸਵਾਲ ਰਹਿੰਦਾ ਇਸ ਗੱਲ ਦਾ ਕਿ ਜੇ ਪ੍ਰੋਟੈਸਟ ਲੰਬਾ ਚੱਲਦਾ ਤਾਂ ਉਹਦੇ 'ਚ ਟਰੋਲੀ ਟਾਈਮਸ ਦੀ ਕੀ ਭੂਮਿਕਾ ਰਹੇਗੀ ਤਾਂ ਉਹਦੇ 'ਚ ਮੈਨੂੰ ਇਹੀ ਲੱਗਦਾ ਕਿ ਕਿਉਂਕਿ ਇਹ ਜ਼ਰੂਰਤ 'ਚੋਂ ਨਿਕਲੀ ਹੋਈ ਚੀਜ਼ ਹੈ ਇਹ ਪਬਲੀਕੇਸ਼ਨ ਇੱਕ ਲੋੜ 'ਚੋਂ ਨਿਕਲੀ ਹੋਈ ਹੈ ਅਤੇ ਜਦੋਂ ਤੱਕ ਇਹਦੀ ਲੋੜ ਰਹੇਗੀ ਓਨੀ ਦੇਰ ਤੱਕ ਇਹ ਪਬਲੀਕੇਸ਼ਨ ਕੰਟੀਨਿਊ ਕਰੇਗਾ ਬਲਕਿ ਸਾਡੇ ਲਈ ਹੁਣ ਚੰਗੀ ਗੱਲ ਇਹ ਹੈ ਕਿ ਬੇਸ਼ੱਕ ਇਹ 3 ਜਣਿਆਂ ਤੋਂ ਆਈਡੀਆ ਸ਼ੁਰੂ ਹੋਇਆ ਸੀਗਾ ਹੈ ਨਾ ਪਰ ਡਿਵੈਲਪ ਕਰਦੇ 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 ਸਾਡੇ ਕੋਲ ਆਪਣੇ ਆਪ ਲੋਕ ਆ ਰਹੇ ਨੇ ਸਾਡੇ ਨਾਲ ਜੁੜ ਰਹੇ ਨੇ ਵਲੰਟੀਅਰ ਕਰ ਰਹੇ ਨੇ ਅਤੇ ਸਮੇਂ ਦੇ ਨਾਲ ਅਸੀਂ ਸਮਝਦੇ ਹਾਂ ਕਿ ਸਾਡੀ ਟੀਮ ਵੀ ਵੱਡੀ ਹੁੰਦੀ ਜਾ ਰਹੀ ਹੈ ਸਾਡੇ ਕੋਲ ਫਲਾਅ ਦੇ ਸਕੋਪ ਸਾਡੇ ਕੋਲ ਵੱਧ ਰਿਹਾ ਹੈ ਅਤੇ ਜਿਹਦੇ ਕਰਕੇ ਸਾਡੇ ਕੋਲ ਵੀ ਇਹਨੂੰ ਲੌਂਗ ਟਰਮ 'ਚ ਰਨ ਕਰਨ ਦੀਆਂ ਪੋਸੀਬਿਲਿਟੀਜ਼ ਨੇ ਜਿਹੜੀਆਂ ਉਹ ਵੱਧ ਰਹੀਆਂ ਨੇ ਅਤੇ ਉਹੀ ਮੈਨੂੰ ਲੱਗਦਾ ਕਿ ਜਿੰਨਾ ਚਿਰ ਅੰਦੋਲਨ ਚੱਲੇਗਾ ਉਨਾ ਚਿਰ ਤਾਂ ਪੱਕਾ ਇਹ ਅਖਬਾਰ ਚੱਲੇਗਾ ਹੀ ਡਾਕਟਰ ਨਵਕਿਰਨ ਅਗਰ ਤੁਸੀਂ ਯੂ ਨੋ ਕੋਈ ਚੀਜ਼ ਆਪਾਂ ਕਹਿ ਸਕਦੇ ਹਾਂ ਇਸ ਚੀਜ਼ ਦੇ ਖਾਤੇ ਪਾਣੀ ਹੋਏ ਕਿਸ ਡਾਇਰੈਕਸ਼ਨ ਨੂੰ ਤੁਸੀਂ ਲੈ ਕੇ ਜਾਣਾ ਚਾਹੋਗੇ ਟਰੋਲੀ ਟਾਈਮਸ ਨੂੰ ਐਂਡ ਕੀ ਤੁਹਾਡੀ ਜ਼ਰੂਰਤਾਂ ਹੈਗੀਆਂ ਭਾਵੇਂ ਉਹ ਵਾਲੰਟੀਅਰਸ ਹੋਣ ਕੁਛ ਵੀ ਕਹਿ ਲਓ ਇਸ ਚੀਜ਼ ਨੂੰ ਲੰਬੇ ਸਮੇਂ ਲਈ ਚਲਾਉਣ ਲਈ ਜਾਂ ਗਰੋ ਕਰਨ ਲਈ ਤੁਸੀਂ ਕੀ ਕੁਛ ਚਾਹੁੰਦੇ ਹੋ ਕਿ ਤੁਹਾਡੇ ਕੋਲ ਪਹੁੰਚੇ ਜਾਂ ਤੁਹਾਨੂੰ ਦਿੱਤਾ ਜਾਏ ਤੁਹਾਨੂੰ ਹੈਲਪ ਕੀ ਚਾਹੀਦੀ ਹੈ ਵਟ ਮੋਰ ਡੂ ਯੂ ਨੀਡ ਤਾਂ ਕਿ ਇਹ ਚੀਜ਼ ਐਕਸਪੈਂਡ ਹੋ ਸਕੇ ਜਿਸ ਤਰ੍ਹਾਂ ਇਹ ਅੰਦੋਲਨ ਐਕਸਪੈਂਡ ਹੋ ਰਿਹਾ ਮੈਨੂੰ ਲੱਗਦਾ ਉਹਦੇ 'ਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਹੈ ਹਿਊਮਨ ਹੈਲਥ ਹੈ ਨਾ ਵੱਧ ਤੋਂ ਵੱਧ ਸਾਨੂੰ ਲੋਕਾਂ ਦੀ ਲੋੜ ਹੈ ਬਿਕੋਜ਼ ਸਾਡੀਆਂ ਬਹੁਤ ਸਾਰੀਆਂ ਲਿਮੀਟੇਸ਼ਨਸ ਨੇ ਤੁਸੀਂ ਇੱਥੇ ਦੇਖ ਹੀ ਰਹੇ ਹੋ ਜੇ ਅਸੀਂ ਇੱਥੇ ਬੈਠੇ ਹਾਂ ਅਸੀਂ ਟਰੋਲੀ ਟਾਈਮਸ ਦੇ ਨਾਲ ਨਾਲ 100 ਚੀਜ਼ਾਂ ਹੋਰ ਵੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਕਰਕੇ ਸਾਨੂੰ ਇੱਕ ਡੈਡੀਕੇਟਡ ਵਰਕਫੋਰਸ ਚਾਹੀਦੀ ਆ ਜਿਹੜੀ ਲਗਾਤਾਰ ਇਹਦੇ 'ਤੇ ਕੰਮ ਕਰੇ ਹੈ ਨਾ ਬਿਕੋਜ਼ ਸਾਡੀਆਂ ਇਹ ਵੀ ਲਿਮੀਟੇਸ਼ਨ ਹੈ ਪ੍ਰੋਟੈਸਟ 'ਤੇ ਬੈਠੇ ਹਾਂ ਨੈਟਵਰਕ ਦਾ ਦਿੱਕਤ ਹੈ ਸਾਡੇ ਕੋਲ ਕੋਈ ਲੈਪਟਾਪ ਨਹੀਂ ਫੋਨ 'ਤੇ ਅਸੀਂ ਟਾਈਪਿੰਗ ਕਰ ਰਹੇ ਹਾਂ ਐਡੀਟਿੰਗ ਕਰ ਰਹੇ ਹਾਂ ਭੇਜ ਰਹੇ ਹਾਂ ਸਾਰਾ ਕੰਮ ਇੱਦਾਂ ਚੱਲ ਰਿਹਾ ਅਤੇ ਜਿੰਨੇ ਜ਼ਿਆਦਾ ਲੋਕ ਸਾਡੇ ਨਾਲ ਇਹਦੇ 'ਚ ਜੁੜਨਗੇ ਜਿਹੜੇ ਕਹਿ ਲਓ ਇਹਦੇ ਲੋਜਿਸਟਿਕਸ 'ਤੇ ਇਹਦੇ ਕੰਟੈਂਟ 'ਤੇ ਕੰਮ ਕਰ ਸਕਣ ਪ੍ਰੂਫ ਰੀਡਿੰਗ ਕਰਨ ਹੈ ਨਾ ਇਹਨੂੰ ਵੱਖ ਵੱਖ ਬਿਕੋਜ਼ ਹਾਲੇ ਤਾਂ ਮੈਂ ਕੁਛ ਕੀ ਭਾਸ਼ਾ 'ਚ ਤੁਹਾਨੂੰ ਦੱਸੀਆਂ ਨੇ ਜਿਨ੍ਹਾਂ ਨੇ ਸਾਨੂੰ ਅਪਰੋਚ ਕੀਤੀ ਜੇ ਅਸੀਂ ਦੇਖੀਏ ਗਲੋਬਲੀ ਵੀ ਅਤੇ ਈਵਨ ਜੇ ਨੈਸ਼ਨਲੀ ਵੀ ਅਸੀਂ ਦੇਖੀਏ ਤਾਂ ਸਾਡੇ ਕੋਲ ਤਾਂ ਹੋਰ ਹਜ਼ਾਰਾਂ ਭਾਸ਼ਾਵਾਂ ਨੇ ਅਤੇ ਜਿੰਨੀਆਂ ਜ਼ਿਆਦਾ ਭਾਸ਼ਾਵਾਂ 'ਚ ਟ੍ਰਾਂਸਲੇਟ ਹੋ ਸਕੇ ਮੈਨੂੰ ਲੱਗਦਾ ਓਨੀ ਜ਼ਿਆਦਾ ਆਵਾਜ਼ ਜਿਹੜੀ ਹੈ ਇਸ ਅੰਦੋਲਨ ਦੀ ਉਹ ਓਨੀ ਲੋਕਾਂ ਤੱਕ ਜਾਏਗੀ ਤਾਂ ਇਹ ਸਾਰੀ ਮਦਦ ਹੈ ਜਿਹੜੀ ਮੈਨੂੰ ਲੱਗਦਾ ਉਹ ਲੋਕ ਰਿਮੋਟਲੀ ਵੀ ਕਰ ਸਕਦੇ ਨੇ ਤਾਂ ਦਿਸ ਇਜ਼ ਅ ਹੈਲਪ ਵੀ ਰੀਅਲੀ ਨੀਡ ਫਰੋਮ ਪੀਪਲ ਵੰਡਰਫੁਲ ਵਾਂਸ ਅਗੇਨ ਡਾਕਟਰ ਨਵਕਿਰਨ ਕੌਰ ਟਰੋਲੀ ਟਾਈਮਸ ਦੇ ਆਰਗੇਨਾਈਜ਼ਰ ਟਿਕਰੀ ਬਾਰਡਰ ਆਪਾਂ ਪਹੁੰਚੇ ਹਾਂ ਟਰੋਲੀ ਟਾਈਮਸ ਦਾ ਤੁਹਾਨੂੰ ਥੋੜ੍ਹਾ ਜਿਹਾ ਦਿਖਾਇਆ ਕਿਸ ਤਰ੍ਹਾਂ ਇਹਨਾਂ ਦਾ ਸ਼ੈਲਟਰ ਬਣਿਆ ਇਹਨਾਂ ਦਾ ਪੂਰਾ ਪਰਿਵਾਰ ਇੱਥੇ ਪਹੁੰਚਿਆ ਇਹਨਾਂ ਦੀ ਮਦਰ ਦੇ ਨਾਲ ਤੁਹਾਡੀ ਗੱਲ ਕਰਾਈ ਅਤੇ ਕਿਸ ਤਰ੍ਹਾਂ ਦੇ
ਪ੍ਰੋਗਰਾਮਸ ਆਰਗੇਨਾਈਜ਼ ਕਰਦੇ ਆ ਉਹ ਵੀ ਤੁਹਾਨੂੰ ਥੋੜ੍ਹੀ ਝਲਕ ਦਿਖਾਈ ਇੱਥੇ ਇਹ ਅੰਦੋਲਨ ਇੱਕ ਸਿਰਫ ਪ੍ਰੋਟੈਸਟ ਨਹੀਂ ਬਣ ਕੇ ਰਹਿ ਗਿਆ ਜਿਸ ਤਰ੍ਹਾਂ ਡਾਕਟਰ ਨਵਕਿਰਨ ਨੇ ਕਿਹਾ ਇਹ ਇੱਕ ਕਿਸਮ ਦਾ ਸ਼ਹਿਰ ਬਣ ਚੁੱਕਿਆ ਇੱਕ ਪਿੰਡ ਵਸ ਗਿਆ ਇੱਥੇ ਐਂਡ ਇੱਕ ਪਿੰਡ ਦੇ ਵਿੱਚ ਇੱਕ ਕਮਿਊਨਿਟੀ ਦੇ ਵਿੱਚ ਜੋ ਸਾਰੀ ਜ਼ਰੂਰਤਾਂ ਹੈਗੀਆਂ ਲੋਕਾਂ ਦੀ ਭਾਵੇਂ ਉਹ ਇੰਟਲੈਕਚੁਅਲ ਹੋਲ ਫਿਜ਼ੀਕਲ ਹੋਲ ਮੈਂਟਲ ਇਮੋਸ਼ਨਲ ਉਹ ਇੱਥੇ ਤੁਹਾਨੂੰ ਵੇਖਣ ਨੂੰ ਮਿਲੇਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਪ੍ਰੋਗਰਾਮ ਦੀ ਇੱਥੇ ਸਾਨੂੰ ਸਮਾਪਤੀ ਕਰਨੀ ਪੈ ਰਹੀ ਹੈ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਅਗਰ ਤੁਸੀਂ ਡਾਕਟਰ ਨਵਕਿਰਨ ਕੌਰ ਦੇ ਨਾਲ ਰਾਬਤਾ ਕਾਇਮ ਕਰਨਾ ਤੁਸੀਂ ਉਹ ਵੀ ਕਰ ਸਕਦੇ ਹੋ ਸਾਨੂੰ ਲਿਖ ਸਕਦੇ ਹੋ info@justbroadcasting.com ashmita@justbroadcasting.com ਹੁਣ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ